ਪਿੰਕੀ ਮੋਗੇ ਵਾਲੀ ਸਾਡੇ ਨਾਲ ਨੇ ਨਾ, ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਕਿਤਾਬ ਦੇ ਇਰਦ ਗਿਰਦ। ਪਿਆਰ ਦੀ ਗੱਲ ਕਰੋ ਤਾਂ ਮੈਂ ਉਹਨੂੰ ਇਸ਼ਕ ਨਾਲ ਕੋਰਲੇਟ ਕੀਤਾ ਹੈਗਾ। ਦਿਲਕਸ਼ੀ ਹੈ ਕਿਸੇ ਨਾਲ ਅਟਰੈਕਸ਼ਨ ਹੋਣੀ, ਜੋ ਅੱਜ ਕੱਲ੍ਹ ਦੇ ਯੂਥ ਨੂੰ ਹੁੰਦਾ, ਅਤੇ ਉਹ ਇੱਕ ਅਟਰੈਕਸ਼ਨ ਇੱਕ ਨਾਲ ਨਹੀਂ ਰਹਿੰਦੀ, ਉਹ ਅੱਜ ਤੁਹਾਡੇ ਨਾਲ ਆ, ਕੱਲ੍ਹ ਨੂੰ ਕਿਸੇ ਹੋਰ ਨਾਲ, ਪਰਸ ਉਹਨਾਂ ਦਾ ਕਸੂਰ ਨਹੀਂ, ਬਿਕੋਜ਼ ਉਹਨਾਂ ਨੂੰ ਲੀਡ ਹੀ ਨਹੀਂ ਕੀਤਾ ਜਾਂਦਾ। ਪਤਾ ਹੀ ਨਹੀਂ ਹੈ ਕਿ ਪਿਆਰ ਦਾ ਅਕਸਰ ਮਤਲਬ ਕੀ ਹੈ। ਜਿਹੜੀ ਮੁਹੱਬਤ ਹੈ ਉਹ ਕਹਿੰਦੇ ਮੁਹੱਬਤ ਜਿਹੜੀ ਹੁੰਦੀ ਹੈ ਉਹ ਕਰਨੀ ਪੈਂਦੀ ਇੱਕ ਤਰ੍ਹਾਂ ਦੀ, ਕਿ ਮੁਹੱਬਤ ਜਦ ਤੁਸੀਂ ਕਰਦੇ ਹੋ ਅਗਲਾ ਇਨਸਾਨ ਵੀ ਤੁਹਾਡੇ ਨਾਲ ਮੁਹੱਬਤ ਕਰਦਾ। ਮੁਹੱਬਤ ਦੇ ਵਿੱਚ ਦੋ ਪਹਿਲੂ ਇਹ ਹੈ ਕਿ ਤੁਸੀਂ ਉਹਦੀ ਕਦਰ ਕਰ ਰਹੇ ਹੋ ਤਾਂ ਤੁਸੀਂ ਕਦਰ ਲੈ ਵੀ ਰਹੇ ਹੋ, ਤੁਸੀਂ ਉਹਦੀ ਕੇਅਰ ਕਰ ਰਹੇ ਹੋ ਤਾਂ ਤੁਸੀਂ ਕੇਅਰ ਪਾ ਵੀ ਰਹੇ ਹੋ। ਸੈਲਫ ਰਿਸਪੈਕਟ ਦੀ ਵੀ ਇੰਪੋਰਟੈਂਸ ਹੈ, ਉਹ ਬਰਾਬਰ ਇੱਕ ਤੱਕੜੀ ਤੁਲਦੀ ਹੈ, ਦੈਟ ਇਜ਼ ਕਾਲਡ ਮੁਹੱਬਤ। ਬਟ ਜਦੋਂ ਇਸ਼ਕ ਦੀ ਗੱਲ ਚੱਲਦੀ, ਇਸ਼ਕ ਦੇ ਵਿੱਚ ਕਹਿੰਦਾ ਜਦ ਕੋਈ ਆਸ਼ਿਕ ਬਣਦਾ, ਇਹਦਾ ਮਤਲਬ ਆਸ਼ਿਕ ਇਕੱਲਾ ਮੁੰਡਾ ਨਹੀਂ ਹੋ ਸਕਦਾ, ਕੁੜੀ ਵੀ ਝੱਲੀ ਮਤਲਬ ਹੋ ਸਕਦੀ ਹੈ, ਰਾਈਟ। ਉਹਦੇ ਵਿੱਚ ਨਾ ਕਹਿੰਦਾ ਫਿਰ ਉਹਨੂੰ ਆਪਣੀ ਪਰਵਾਹ ਨਹੀਂ ਹੁੰਦੀ, ਫਿਰ ਉਸ ਇਨਸਾਨ ਦੀ ਪਰਵਾਹ ਹੁੰਦੀ ਹੈ, ਉਹਦੀ ਕਦਰ ਹੁੰਦੀ ਹੈ, ਚਾਹੇ ਉਹ ਤੋਂ ਬੁੱਲੇ ਸ਼ਾਂਗ ਤੁਸੀਂ ਕਹਿ ਦਿਓ ਕਿ ਘੁੰਗਰੂ ਪਾ ਕੇ ਨੱਚੇ ਸੀ ਜਾਂ ਕੁਛ ਵੀ ਐਕਸ ਵਾਈ ਜ਼ੈਡ, ਤੁਸੀਂ ਕਿਸੇ ਨੂੰ ਇੱਕੋ ਇਸ਼ਕ ਕਿਸੇ ਨੂੰ ਵੀ ਹੁੰਦਾ, ਜੇ ਵੱਡੇ ਵੱਡੇ ਤੁਸੀਂ ਆਸ਼ਕਾਂ ਦੀ ਗੱਲ ਕਰੋ, ਹੀਰ ਰਾਂਝਾ, ਸੋਹਣੀ ਮਹੀਵਾਲ, ਸੱਸੀ ਪੁੰਨੂ, ਉਹ ਕਹਿੰਦਾ ਉਹਨਾਂ ਦਾ ਮੁਕਾਮ, ਕਿਉਂਕਿ ਇਸ਼ਕ ਦੇ 7 ਮੁਕਾਮ ਹੈ, 7ਵਾਂ ਮੁਕਾਮ ਮੌਤ ਹੈ। ਜਦ ਮੌਤ ਦੇ ਮੁਕੰਮਲ ਦੇ ਵਿੱਚ ਤੁਸੀਂ ਆਉਂਦੇ ਹੋ ਫਿਰ ਤੁਸੀਂ 7 ਮੁਕਾਮਾਂ ਨੂੰ ਪੂਰਾ ਕਰਕੇ ਇਸ਼ਕ ਪ੍ਰਵਾਨ ਚੜ੍ਹਦਾ। ਦੇਖੋ ਜਦੋਂ ਤੁਸੀਂ ਆਪਣੇ ਆਪ ਨਾਲ ਮੁਹੱਬਤ ਜਾਂ ਪਿਆਰ ਕਰਦੇ ਹੋ ਫਿਰ ਹੀ ਤੁਸੀਂ ਲੋਕਾਂ ਨੂੰ ਐਡਮਾਇਰ ਕਰ ਸਕਦੇ ਹੋ, ਤੁਹਾਡੇ ਨਾਲ ਪਿਆਰ ਕਰੇ। ਅਤੇ ਮੈਨੂੰ ਆਪਣੇ ਆਪ ਨਾਲ ਬਹੁਤ ਲਗਾਵ ਹੈ ਅਤੇ ਬਹੁਤ ਅੱਛੀ ਗੱਲ ਹੈ। ਪਿੰਕੀ ਹਰ ਪਹਿਲੂ ਮੇਂ ਆਪਣੇ ਆਪ ਕੋ ਮੁਕੰਮਲ ਕਰਨੇ ਵਾਲੀ ਹੋਤੀ ਹੈ ਸ਼ਾਇਰੀ। ਕਾਗਜ਼ਾਂ ਦੇ ਫੁੱਲ ਕਦੇ ਨਹੀਂ ਹੋ ਮਹਿਕਦੇ, ਆਟੇ ਦੇ ਪੰਛੇ ਕਦੇ ਨਹੀਂ ਹੋ ਚਹਿਕਦੇ, ਇੱਜ਼ਤਾਂ ਦੇ ਦਾਗ ਧੋਏ ਜਾਂਦੇ ਨਾ, ਕਹਿੰਦਾ ਐਰੇ ਗੈਰੇ ਅੱਗੇ ਦੁੱਖ ਰੋਏ ਜਾਂਦੇ ਨਾ, ਅੱਗ ਅੱਗੇ ਨਿੱਘ ਨਹੀਂ ਰਜਾਈ ਵਰਗਾ, ਦੁਨੀਆ 'ਤੇ ਦੁੱਖ ਨਹੀਂ ਜੁਦਾਈ ਵਰਗਾ। 20 ਤੋਂ ਲੈ ਕੇ 35 ਸਾਲ ਦੀ ਸਭ ਤੋਂ ਜ਼ਿਆਦਾ ਯੰਗ ਯੂਥ ਮੇਰੇ ਫੋਲੋਅਰਸ ਹੈ ਅਤੇ 65 ਪਲੱਸ ਵਾਲੇ ਵੀ ਫੋਲੋਅਰਸ ਹੈ। ਇਹ ਬੜਾ ਕੌੜਾ ਸੱਚ ਹੈ ਕਿ ਤੁਸੀਂ ਦੁਨੀਆ ਛੱਡ ਕੇ ਜਾਣਾ, ਪਰ ਇੱਕ ਵਾਰ ਜੇ ਤੁਸੀਂ ਆਪਣੇ ਸ਼ਬਦਾਂ ਨਾਲ ਲੋਕਾਂ ਨੂੰ ਮੋਹਿਤ ਕਰ ਸਕਦੇ ਹੋ, ਠੀਕ ਹੈ, ਤੁਸੀਂ ਇੱਕ ਇੰਸਪੀਰੇਸ਼ਨ ਬਣ ਜਾਂਦੇ ਹੋ, ਜਦੋਂ ਚਲੋ ਮੇਰੀਆਂ ਫਿਲਮਾਂ ਵੀ ਆਈਆਂ, ਗਾਣੇ ਵੀ ਆਏ, ਇਹ ਜ਼ਿੰਦਗੀ ਜਿਉਣ ਦਾ ਨਾਮ ਹੈ ਦੋਸਤੋ, ਗੁਜ਼ਾਰਨ ਦਾ ਨਾਮ ਨਹੀਂ। ਤਾਂ ਗੁਜ਼ਰੇ ਹੋਏ ਪਲਾਂ ਦੇ ਵਿੱਚ ਕਦੀ ਵੀ ਆਪਣਾ ਸਮਾਂ ਨਾ ਵਿਅਰਥ ਕਰੋ, ਕਿ ਜਿੰਨਾ ਮਰਜ਼ੀ ਨੇ ਕਾਲੀਆਂ ਰਾਤਾਂ ਪੈ ਜਾਣ, ਜਿੰਨਾ ਮਰਜ਼ੀ ਝੱਖੜ ਜਾਏ, ਉਹ ਹੈ ਕਿ ਤੁਸੀਂ ਜਗਦੇ ਸੂਰਜ ਵਾਂਗੂ ਹੋਣੇ ਚਾਹੀਦੇ, ਕਿ ਤੁਹਾਡਾ ਹਮੇਸ਼ਾ ਪਰਸੈਪਸ਼ਨ ਇਹ ਹੋਣੀ ਚਾਹੀਦੀ ਹੈ ਕਿ ਮੈਨੂੰ ਕੋਈ ਨੈਗੇਟਿਵ ਬੋਲਦਾ ਤਾਂ ਮੈਨੂੰ ਠੀਕ ਹੈ, ਮੈਨੂੰ ਸ਼ਾਇਦ ਉਹਦੇ 'ਚ ਕੋਈ ਪੋਜ਼ਿਟਿਵ ਪੁਆਇੰਟ ਵੀ ਮਿਲ ਜਾਂਦਾ। ਕਹਿੰਦਾ ਸਭ ਕੁਝ ਮਤਲਬ ਕਿਹਾ ਅੱਜ ਕੱਲ੍ਹ ਕੇ ਰਿਸ਼ਤੇ ਵੀ, ਵੋ ਵਕਤ ਬਦਲ ਗਿਆ ਜਬ ਲੋਕ ਹੋਤੇ ਤੇ ਫਰਿਸ਼ਤੇ ਵੀ। ਕਹਿੰਦਾ ਵੋ ਮੰਜ਼ਰ ਬਹੁਤ ਅਜੀਬ ਹੈ, ਜਬ ਬੇਗਾਨੇ ਆਪਣੇ ਕਰੀਬ ਹੈ, ਆਜ ਕੱਲ ਤੋ ਖੂਨ ਕੋ ਪਾਣੀ ਹੋਤੇ ਦੇਖਾ, ਪਿੰਕੀ ਨੇ ਆਪਣੋ ਕੋ ਗੈਰੋਂ ਕੀ ਬਾਹੋਂ ਮੇਰੇ ਉੱਤੇ ਦੇਖਾ। ਜਿਹਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਰਿਸ਼ਤਾ ਹੁੰਦਾ, ਇੱਕ ਦਿਨ ਉਹ ਵੀ ਤੁਹਾਨੂੰ ਛੱਡ ਸਕਦਾ, ਉਹ ਵੀ ਡਿਸਲੋਇਲ ਹੋ ਸਕਦਾ। ਤੁਸੀਂ ਲੋਇਲਟੀ ਆਪਣੇ ਆਪ ਨਾਲ ਰੱਖੋ, ਆਪਣੇ ਕੰਮ ਨਾਲ ਰੱਖੋ। ਅਕਸਰ ਕਿਹਾ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਹੋਰ ਕੋਈ ਦੋਸਤੀ ਸਿਰੇ ਤੱਕ ਨਿਭਾਵੇ ਜਾਂ ਨਾ ਨਿਭਾਵੇ, ਪਰ ਕਿਤਾਬਾਂ ਐਸੀਆਂ ਹੁੰਦੀਆਂ ਜਿਹੜੀਆਂ ਸਾਡੇ ਪੱਕੇ ਦੋਸਤ ਦੇ ਤੌਰ 'ਤੇ ਕੰਮ ਕਰਦੀਆਂ। ਪਰ ਉਹਨਾਂ ਨੂੰ ਪੜ੍ਹਨਾ ਆਪਣੇ ਆਪ 'ਚ ਵੱਡੀ ਗੱਲ ਹੁੰਦੀ ਹੈ, ਪਰ ਉਹਨਾਂ ਕਿਤਾਬਾਂ ਨੂੰ ਰੂਪ ਦੇਣਾ, ਲਿਖਣਾ, ਉਹ ਉਦੋਂ ਵੀ ਵੱਡੀ ਜ਼ਿੰਮੇਵਾਰੀ ਹੈ। ਇਹ ਮੇਰੇ ਹੱਥ ਵਿੱਚ ਇੱਕ ਕਿਤਾਬ ਹੈ ਜਿਹੜੀ ਕਿ ਪਿੰਕੀ ਕੀ ਸ਼ਾਇਰੀ ਟਾਈਟਲ ਦੇ ਥੱਲੇ ਹੈ, ਔਰ ਇਹ ਹਿੰਦੀ ਅਤੇ ਇੰਗਲਿਸ਼ ਦੇ ਵਿੱਚ ਹੈ। ਇਸ ਦੇ ਵਿੱਚ ਫਲਸਫੇ ਦੀ ਗੱਲ ਹੈ, ਪਿਆਰ ਦੀ ਗੱਲ ਹੈ, ਹਕੀਕਤ ਦੀ ਗੱਲ ਹੈ, ਜ਼ਿੰਦਗੀ ਦੀ ਗੱਲ ਹੈ। ਤਾਂ ਇਹ ਸਾਰੀਆਂ ਚਾਰ ਜਿਹੜੇ ਟੌਪਿਕ ਨੇ ਇਹਨਾਂ ਦੇ ਇਰਦ ਗਿਰਦ ਘੁੰਮਦੀ ਜਿਹੜੀ ਇਹ ਕਿਤਾਬ ਹੈ, ਜਿਨ੍ਹਾਂ ਨੇ ਇਸ ਨੂੰ ਕਲਮਬੱਧ ਕੀਤਾ, ਮੇਰੇ ਨਾਲ ਬੈਠੇ ਨੇ ਪਿੰਕੀ ਸੰਧੂ ਉਰਫ ਪਿੰਕੀ ਮੋਗੇ ਵਾਲੀ, ਇਹ ਸਾਡੇ ਨਾਲ ਨੇ ਨਾ, ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਕਿਤਾਬ ਦੇ ਇਰਦ ਗਿਰਦ। ਸਭ ਤੋਂ ਪਹਿਲਾਂ ਜੀ ਤੁਹਾਨੂੰ ਇਸ ਕਿਤਾਬ ਦੀਆਂ ਬਹੁਤ ਮੁਬਾਰਕਾਂ ਕਿ ਤੁਸੀਂ ਇੰਨਾ ਸੋਹਣਾ ਕੰਮ ਕੀਤਾ। ਅਤੇ ਪਹਿਲਾਂ ਤਾਂ ਹੈਲੋ ਫਰੈਂਡ, ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕੁਮ, ਰਾਮ ਰਾਮ ਜੀ। ਮੈਂ ਤੁਹਾਡੀ ਨਿਮਾਣੀ ਜੀ, ਪਿੰਕੀ ਸੰਧੂ ਉਰਫ ਪਿੰਕੀ ਮੋਗੇ ਵਾਲੀ ਅਤੇ ABC ਨਿਊਜ਼ ਦਾ ਮੈਂ ਥੈਂਕਸ ਕਰਦੀ ਹਾਂ, ਜੋ ਅੱਜ ਸਾਡਾ ਵਿਸ਼ਾ ਬਣ ਰਿਹਾ ਪਿੰਕੀ ਕੀ ਸ਼ਾਇਰੀ ਕਿਤਾਬ ਦਾ ਰੂਬਰੂ ਹੋਣ ਦਾ ਤੁਹਾਡੇ ਨਾਲ, ਅਤੇ ਮੇਰੇ ਨਾਲ ਹੋਸਟ ਸੰਦੀਪ ਨੇ। ਹਾਂਜੀ, ਪਿੰਕੀ ਕੀ ਸ਼ਾਇਰੀ ਦਾ ਜਿਹੜਾ ਇਹ ਟਾਈਟਲ ਹੈ, ਤੁਹਾਨੂੰ ਪਹਿਲਾਂ ਇਹ ਸੁੱਝਿਆ ਕਿਉਂ ਵੀ ਇਹੀ ਦੇਣਾ ਚਾਹੀਦਾ? ਹਾਲਾਂਕਿ ਸ਼ਾਇਰੀ ਦੇ ਨਾਲ ਤਾਂ ਬਹੁਤ ਸਾਰੇ ਡੂੰਘੇ ਡੂੰਘੇ ਸ਼ਬਦ ਉੱਤੇ ਲਿਖ ਦਿੱਤੇ ਜਾਂਦੇ ਆ ਕਿ ਕਿਤਾਬ ਹੈ ਨਾ ਜਿਹੜੀ ਲੋਕਾਂ ਨੂੰ
ਮਤਲਬ ਦੇਖਣ ਉਹ ਬੁੱਕ ਸੈਂਟਰ ਦੇ ਉੱਤੇ ਅਤੇ ਪਹਿਲਾਂ ਹੀ ਚੱਕਣ? ਤੁਸੀਂ ਇਹ ਕਿਉਂ ਦਿੱਤਾ? ਦੇਖੋ, ਜੋ ਤੁਸੀਂ ਆਪਣੇ ਆਪ ਨਾਲ ਮੁਹੱਬਤ ਜਾਂ ਪਿਆਰ ਕਰਦੇ ਹੋ ਫਿਰ ਹੀ ਤੁਸੀਂ ਲੋਕਾਂ ਨੂੰ ਐਡਮਾਇਰ ਕਰ ਸਕਦੇ ਹੋ ਤੁਹਾਡੇ ਨਾਲ ਪਿਆਰ ਕਰੇ, ਅਤੇ ਮੈਨੂੰ ਆਪਣੇ ਆਪ ਨਾਲ ਬਹੁਤ ਲਗਾਵ ਹੈ ਅਤੇ ਬਹੁਤ ਅੱਛੀ ਗੱਲ ਹੈ। ਅਤੇ ਜੇ ਸ਼ਾਇਰੀ ਦੀ ਗੱਲ ਚੱਲ ਰਹੀ ਹੈ ਤਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਸ਼ਾਇਰੀ ਦੀ ਕਿਸ ਗੱਲ ਦੀ ਚੱਲ, ਅਤੇ ਪਿੰਕੀ ਕੀ ਸ਼ਾਇਰੀ ਮੇਰੀ ਆਪਣੀ ਸ਼ਾਇਰੀ, ਪਹਿਲਾਂ ਵੀ ਜਿਵੇਂ ਮੇਰੀਆਂ ਬੁੱਕਸ ਵਗੈਰਾ ਕੋਰਲੇਟ ਹੋ ਗਈਆਂ, ਬਟ ਉਹ 'ਚ ਮੇਰੀਆਂ ਸ਼ਾਇਰੀਜ਼ ਨਹੀਂ ਸੀ, ਜੋ ਮੈਂ ਪਸੰਦ ਕਰਦੀ ਸੀ ਉਹ ਚੀਜ਼ਾਂ ਰੱਖਦੀ। ਇਹਦੇ ਵਿੱਚ ਸਾਰੀ ਜਿੰਨੀਆਂ ਸ਼ਾਇਰੀਜ਼, ਟੋਟਲ 56 ਮੇਰੇ ਕੋਲ ਮਤਲਬ ਪੋਇਟ੍ਰਿਕਸ ਹੈ, ਉਹਦੇ ਵਿੱਚ 56 ਜਿਹੜੀਆਂ ਪੋਇਟਰੀ ਉਹ ਸਾਰੀਆਂ ਮੇਰੀਆਂ ਲਿਖੀਆਂ ਹੋਈਆਂ। ਅਤੇ ਇਹਦੇ ਵਿੱਚ ਸਾਨੂੰ ਉਸ ਦਿਨ ਲੱਗਿਆ ਕਿ ਸ਼ਾਇਰੀ ਦੀ ਹੈ, ਫਿਰ ਅਸੀਂ ਪਿੰਕੀ ਕੀ ਸ਼ਾਇਰੀ ਰੱਖਦਾ, ਇੱਕ ਰਫ ਟਾਈਟਲ ਸੀ ਬਟ ਇਹ ਫਾਈਨਲ ਟਾਈਟਲ ਹੀ ਹੋ ਗਿਆ ਉਸ ਦਿਨ ਜਦੋਂ ਅਸੀਂ ਇਹਨੂੰ ਡਿਜ਼ਾਇਨ ਕਰ ਰਹੇ ਸੀ। ਸੋਸ਼ਲ ਮੀਡੀਆ 'ਤੇ ਵੀ ਤੁਸੀਂ ਕਾਫੀ ਐਕਟਿਵ ਰਹਿੰਦੇ ਹੋ, ਜਦੋਂ ਨਾਮ ਆਉਂਦਾ ਨਾ ਪਿੰਕੀ ਮੋਗੇ ਵਾਲੀ, ਕਈ ਕੋਈ ਕਿਸੇ ਨੂੰ ਫਿਲਮ ਚੇਤੇ ਆ ਜਾਂਦੀ ਹੈ, ਕਿਸੇ ਨੂੰ ਕੁਝ ਹੋਰ ਚੇਤੇ ਆ ਜਾਂਦਾ, ਇਹ ਨਾਮ ਦੇ ਨਾਲ ਨਾਲ ਚੱਲਦਿਆਂ ਹੋਇਆਂ ਤੁਸੀਂ ਆਪਣੇ ਕੰਮ ਨੂੰ ਇਸ ਕਿਤਾਬ ਦੇ ਵਿੱਚ ਲੈ ਕੇ ਆਉਂਦਾ? ਜਿਵੇਂ ਤੁਸੀਂ ਕਿਹਾ ਕਿ ਫਲਸਫਾ ਵੀ ਹੈ, ਪਿਆਰ ਵੀ ਹੈ, ਜ਼ਿੰਦਗੀ ਵੀ ਹੈ, ਹਕੀਕਤ ਵੀ ਹੈ, ਇਹਨਾਂ ਸਾਰਿਆਂ ਦਾ ਸੁਮੇਲ ਕਿਉਂ ਲੱਗਿਆ ਕਿ ਇਸ ਕਿਤਾਬ 'ਚ ਹੋਣਾ ਚਾਹੀਦਾ? ਦੇਖੋ ਜੀ, ਸ਼ਾਇਰੀ ਬਹੁਤ ਤਰ੍ਹਾਂ ਦੀ ਹੁੰਦੀ ਹੈ, ਮੋਸਟਲੀ ਲੋਕ ਜਿਹੜੀ ਸ਼ਾਇਰੀ ਨੂੰ ਪਿਆਰ, ਇਸ਼ਕ, ਮੁਹੱਬਤ ਨਾਲ ਹੀ ਤੋਲਦੇ ਆ, ਬਟ ਉਹਦੇ ਪਾਰਟ ਆਫ ਦੈਟ ਜਿਹੜੀ ਅਲਫਾਜ਼ਾਂ ਦਾ ਜਿਹੜਾ ਤਾਲਮੇਲ ਹੈ ਜਦੋਂ ਕਲਮਬੱਧ ਹੁੰਦਾ ਹੈ, ਜਦੋਂ ਕਲਮ ਲਿਖਦੀ, ਅਲਫਾਜ਼ ਤੋਂ ਹੀ ਹੈ, ਸ਼ਬਦ ਤੋਂ ਹੀ ਹੈ, ਸ਼ਬਦਾਵਲੀ ਤੋਂ ਹੀ ਹੈ, ਬਟ ਤਰੀਕਾ ਤੁਹਾਡਾ ਪ੍ਰੈਜੈਂਟ ਕਰਨ ਦਾ, ਤੁਸੀਂ ਕਿੰਨੇ ਕੁ ਰਿਦਮਿਕ ਵੇ ਨਾਲ ਤੁਸੀਂ ਪ੍ਰੈਜੈਂਟ ਕਰ ਪਾਉਂਦੇ ਹੋ, ਉਹਦੇ ਵਿੱਚ ਮੈਨੂੰ ਲੱਗਿਆ ਕਿ ਫਿਲੋਸਫੀ ਪਹਿਲਾਂ ਹੋਣੀ ਚਾਹੀਦੀ ਹੈ ਅਤੇ ਜ਼ਿੰਦਗੀ ਬਾਅਦ 'ਚੋਂ। ਅਤੇ ਮੋਸਟਲੀ ਮੈਨੂੰ ਬੜੇ ਕੁਐਸਚਨ ਪੁੱਛੇ ਵੀ ਗਏ ਕਿ ਲੋਕ ਫਿਲੋਸਫੀ ਲਾਸਟ 'ਤੇ ਰੱਖਦੇ, ਜ਼ਿੰਦਗੀ ਪਹਿਲਾਂ, ਕਿਉਂਕਿ ਮੈਨੂੰ ਲੱਗਦਾ ਹਰੇਕ ਬੰਦਾ ਆਪਣੇ ਆਪ 'ਚ ਫਿਲੋਸਫਰ ਹੁੰਦਾ ਅਤੇ ਉਹਦੇ 'ਚ ਇੱਕ ਟੈਲੈਂਟ ਛੁਪਿਆ ਹੁੰਦਾ, ਕਲਾਕਾਰ ਛੁਪਿਆ ਹੁੰਦਾ, ਕਿਸੇ ਵੀ ਤਰ੍ਹਾਂ ਦਾ ਹੋ ਸਕਦਾ। ਅਤੇ ਇਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਮੈਂ ਫਿਲੋਸਫੀ ਦੀਆਂ ਪਹਿਲਾਂ ਗੱਲਾਂ ਕੀਤੀਆਂ ਅਤੇ ਉਸ ਤੋਂ ਬਾਅਦ ਮੈਂ ਜ਼ਿੰਦਗੀ 'ਤੇ ਗੱਲ ਕੀਤੀ। ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਇੱਕ ਵਿੱਚੋਂ ਜ਼ਰੂਰ ਪੜ੍ਹ ਕੇ ਸੁਣਾਊਂਗੀ। ਆਪਾਂ ਸ਼ਾਇਰੀ 'ਤੇ ਗੱਲ ਕਰ ਲੈਂਦੇ ਹਾਂ ਕਿ ਸ਼ਾਇਰੀ 'ਤੇ ਲਿਖੀ ਹੋਈ ਹੈ, ਬਹੁਤ ਮਤਲਬ ਅਲੱਗ ਅਲੱਗ ਟੋਪਿਕਸ ਹੈਗੇ ਆ। ਕਹਿੰਦਾ, ਸ਼ਬਦੋਂ ਕਾ ਤਾਲਮੇਲ ਹੋਤੀ ਹੈ ਸ਼ਾਇਰੀ ਦੋਸਤੋ, ਨਾ ਖਤਮ ਹੋਣੇ ਵਾਲੀ ਉਮੀਦ ਹੋਤੀ ਹੈ ਸ਼ਾਇਰੀ, ਅਲਫਾਜ਼ ਕੀ ਤਰੰਗੋ ਕਾ ਸੁਰ ਹੋਤੀ ਹੈ ਸ਼ਾਇਰੀ, ਅਧੂਰੇ ਪੰਨੋ ਕੋ ਪੂਰਾ ਕਰਨੇ ਵਾਲੀ ਹੋਤੀ ਹੈ ਸ਼ਾਇਰੀ, ਦਿਲ ਕੇ ਜਜ਼ਬਾਤ ਕੋ ਕਹਿਣੇ ਵਾਲੀ ਹੋਤੀ ਹੈ ਸ਼ਾਇਰੀ, ਇਨਸਾਨ ਕੀ ਰੂਹ ਕਾ ਦਰਦ ਸਹਿਣੇ ਵਾਲੀ ਹੋਤੀ ਹੈ ਸ਼ਾਇਰੀ, ਹਰ ਕਿਸੀ ਕੀ ਬਸ ਕੀ ਨਹੀਂ ਹੋਤੀ ਹੈ ਸ਼ਾਇਰੀ, ਬਾਤਚੀਤ ਪਰ ਕੁਰਬਾਨ ਕਰਨੇ ਵਾਲੀ ਹੋਤੀ ਹੈ ਸ਼ਾਇਰੀ, ਪਿੰਕੀ ਮੁਹੱਬਤ ਪਿਆਰ ਇਸ਼ਕ ਆਦਿ ਕਾ ਨਾਮ ਹੋਤੀ ਹੈ ਸ਼ਾਇਰੀ, ਦੁਨੀਆ ਤੱਕ ਆਪਣੇ ਆਪਣਾ ਰਹਿਣੇ ਵਾ ਸੋਰੀ ਦੁਨੀਆ ਤੱਕ ਅਮਰ ਰਹਿਣੇ ਵਾਲੀ ਹੋਤੀ ਹੈ ਸ਼ਾਇਰੀ, ਸਭ ਕੋ ਆਪਣਾ ਕਹਿਣੇ ਵਾਲੀ ਹੋਤੀ ਹੈ ਸ਼ਾਇਰੀ, ਬਿਖਰੇ ਖਿਆਲੋਂ ਕੋ ਸਪਨੋ ਮੇਂ ਬਦਲਨੇ ਵਾਲੀ ਹੋਤੀ ਹੈ ਸ਼ਾਇਰੀ, ਪਿੰਕੀ ਹਰ ਪਹਿਲੂ ਮੇਂ ਆਪਣੇ ਆਪ ਕੋ ਮੁਕੰਮਲ ਕਰਨੇ ਵਾਲੀ ਹੋਤੀ ਹੈ ਸ਼ਾਇਰੀ। ਤੋ ਦਿਸ ਇਜ਼ ਹਾਓ ਆਈ ਪ੍ਰੈਜੈਂਟ ਮਾਈ ਬੁੱਕ, ਅਤੇ ਮੈਨੂੰ ਇਹ ਲੱਗਿਆ ਕਿ ਅੱਜ ਕੱਲ੍ਹ ਜਿੰਨੀਆਂ ਵੀ ਬੁੱਕ ਸੈਂਟਰ ਦੇ ਬੁੱਕਸ ਹੈਗੀਆਂ ਵਾ, ਇਹਦੇ 'ਤੇ ਮੇਰੀ ਬਹੁਤ ਜ਼ਿਆਦਾ ਖੁਦ ਹੀ ਮਿਹਨਤ ਹੈ। ਡਿਜ਼ਾਇਨਿੰਗ ਇੱਕ ਲੜਕਾ ਆਪਣਾ ਹੈਗਾ ਇੰਦਰ, ਉਹ ਤਾਂ ਅਸੀਂ ਰਾਤ ਤੱਕ, ਅੱਜ ਕੱਲ੍ਹ ਜਿਵੇਂ ਡਿਜੀਟਲ ਵਰਲਡ ਹੈ, 3-3 ਵਜੇ ਤੱਕ ਸਾਡੀਆਂ ਮਤਲਬ ਨਾ ਫੋਨ 'ਤੇ ਗੱਲਬਾਤ ਹੋਣੀ, ਡਿਜ਼ਾਇਨਿੰਗ ਹੋਣੀ, 3-3:30 ਵਜੇ ਤੱਕ ਸਾਡੀਆਂ ਡਿਜ਼ਾਇਨ ਹੁੰਦੀਆਂ ਨੇ। ਮੈਨੂੰ ਲੱਗਦਾ ਕਿ ਪ੍ਰੈਜੈਂਟੇਸ਼ਨ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਜੇ ਤੁਸੀਂ ਨਾਲ ਨਾਲ ਕੈਮਰਾਮੈਨ ਜੀ ਦਿਖਾਓ, ਤਾਂ ਮੈਂ ਬੜੇ ਪਿਆਰ ਨਾਲ ਮੇਰੀਆਂ ਫੋਟੋਜ਼ਗ੍ਰਾਫਸ ਹੈ, ਜਿਵੇਂ ਇਹਦੇ 'ਚ ਅਲੱਗ ਅਲੱਗ ਸੈਪਰੇਸ਼ਨਸ ਵੀ ਹੈਗੀਆਂ, ਜੇ ਦੇਖੋ ਜ਼ਿੰਦਗੀ ਦੀ ਗੱਲ ਕਰਦੇ ਹਾਂ, ਹੈ ਨਾ, ਅਤੇ ਇਹ ਬਹੁਤ ਸੋਹਣੀ ਤਰੀਕੇ ਨਾਲ ਅਸੀਂ ਅਜ਼ਮਾਇਆ ਗਿਆ। ਇਹਦੇ ਵਿੱਚ ਲਾਸਟ 'ਤੇ ਮੈਸੇਜਸ ਲਿਖੇ ਗਏ, ਪਾਤਰ ਸਾਹਿਬ ਦਾ ਮੈਸੇਜ ਹੈ, ਡਾਕਟਰ ਅਨਮੋਲ ਰਤਨ ਸਿੱਧੂ ਜੀ ਦਾ ਮੈਸੇਜ ਹੈ, ਮੇਰੇ ਬ੍ਰਦਰ ਦਾ, ਮਦਰ ਦਾ ਮੈਸੇਜ ਹੈ, ਇੱਕ ਮੇਰਾ ਸਪੈਸ਼ਲੀ ਮੇਰੇ ਬਾਰੇ ਲਿਖਿਆ ਗਿਆ। ਉਹਦੇ ਵਿੱਚ ਇਹ ਹੁੰਦਾ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਤੁਸੀਂ ਇੱਕ ਬੁੱਕ ਲਿਖਦੀ ਅਤੇ ਕਿਹਨੇ ਲਿਖੀ ਸੀ, ਅਧੂਰੀ ਨਹੀਂ ਮੈਂ ਰੱਖਣਾ ਚਾਹੁੰਦੀ ਸੀ, ਮੈਂ ਆਪਣੇ ਆਪਣੇ ਆਪ ਵੱਲੋਂ 100% ਦਿੱਤਾ। ਥੋੜ੍ਹਾ ਬਹੁਤ ਸ਼ਾਇਦ ਗ੍ਰਮੈਟੀਕਲ ਹੋ ਸਕਦਾ, ਅਦਰਵਾਈਜ਼ ਤਾਂ ਨਹੀਂ। ਕਿਤਾਬਾਂ ਲਿਖਣ ਵਾਲੇ ਸ਼ਾਇਰ ਨੇ ਜਾਂ ਲੇਖਕ ਨੇ, ਉਹਨਾਂ ਨੂੰ ਆਪਣੇ ਪਾਠਕ ਲੱਭਣੇ ਪੈਂਦੇ ਆ ਕਿ ਪਾਠਕ ਲੱਭਣ, ਅਤੇ ਕਵੀ ਕਈ ਵਾਰੀ ਅਕਸਰ ਸਟੇਜਾਂ ਤੋਂ ਕਹਿੰਦੇ ਆ ਕਿ ਸਾਨੂੰ ਨਾ ਆਪਣੀ ਕਵਿਤਾ ਕਹਿਣ ਵਾਸਤੇ ਸਰੋਤੇ ਲੱਭਣੇ ਪੈਂਦੇ ਆ, ਤੁਹਾਨੂੰ ਤਾਂ ਨਹੀਂ ਇਹ ਦਿੱਕਤ ਆਉਂਦੀ, ਜਾਂ ਫਿਰ ਤੁਹਾਡਾ ਪਹਿਲਾ ਤਜਰਬਾ ਹੁਣ ਅੱਗੇ ਜਾ ਕੇ ਪਤਾ ਲੱਗਣਾ ਕਿ ਪਾਠਕ ਕਿੰਨੇ ਮਿਲੇ ਮੈਨੂੰ? ਦੇਖੋ, ਮੈਂ ਇਹ ਕਹਿ ਰਹੀ ਹਾਂ ਕਿ ਮੇਰੀ ਜਿਵੇਂ ਸੋਸ਼ਲ ਮੀਡੀਆ ਦੇ ਅਰਾਊਂਡ 4.5 ਮਿਲੀਅਨ ਫੋਲੋਇੰਗ ਹੈ। ਜਦੋਂ 2014 'ਚ ਮੇਰੇ ਡੈਡ ਐਕਸਪਾਇਰ ਹੋਏ, ਮੈਂ ਉਹਨਾਂ 'ਤੇ ਮਤਲਬ ਬੁੱਕ ਡੈਡੀਕੇਟ ਕੀਤੀ ਉਹਨਾਂ ਨੂੰ, ਫਾਦਰ ਸਾਹਿਬ ਨੂੰ, ਉਦੋਂ ਨਾ ਮੈਂ ਅਕਸਰ ਲੋਕਾਂ ਨੂੰ ਜ਼ਿੰਦਗੀ ਬਾਰੇ ਗੱਲ ਕਰਦੀ ਸੀ, ਮੋਟੀਵੇਟ ਕਿ ਲਾਈਫ ਇਜ਼ ਫੋਰ ਲਿਵਿੰਗ ਨੋਟ ਫੋਰ ਗਿਵਿੰਗ। ਅਤੇ ਉਦੋਂ ਹੌਲੀ 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 ਇੱਕ ਮਤਲਬ ਇਕੱਲਾ ਬੰਦਾ ਤੁਰਦਾ ਗਿਆ, ਪਤਾ ਨਹੀਂ ਲੱਗਿਆ ਕਿ ਕਦ ਪਿੱਛੇ ਕਿੱਡਾ ਕਾਫਲਾ ਜੋ ਸ਼ੁਰੂ ਹੋ ਗਿਆ। ਫਿਰ ਮੈਨੂੰ ਲੱਗਦਾ ਕਿ ਜਿਹੜੇ ਮੇਰੇ
ਜਿਹੜੇ ਸਰੋਤੇ ਆ ਉਹ ਮੈਨੂੰ ਸੁਣਨਾ ਚਾਹੁੰਦੇ ਆ, ਉਹ ਕੁਛ ਨਾ ਕੁਛ ਦੇਖਣਾ ਚਾਹੁੰਦੇ ਸੀ। ਇਹ ਮੇਰੀ ਫਸਟ ਬੁੱਕ ਹੈ ਜਿਹੜੀ ਮੈਂ ਆਪ ਕੀਤੀ ਹੈ, ਯੂਨੀਸਟਾਰ ਨੇ ਪਬਲਿਸ਼ ਕੀਤੀ ਹੈ ਬੁੱਕ, ਹੈ ਨਾ। ਮਤਲਬ ਮੈਨੂੰ ਇੱਕ ਦਿਨ ਅਸੀਂ ਬੈਠੇ, ਉਹ ਕਹਿੰਦੇ ਕਿ ਪਬਲਿਸ਼ ਹਾਊਸ ਮਿਲ ਜਾਏ ਤਾਂ ਬੈਟਰ ਹੈ। ਫਿਰ ਮੈਂ ਯੂਨੀਸਟਾਰ ਨੂੰ ਕਾਲ ਕੀਤੀ, ਉਹ ਕਹਿੰਦੇ ਵੀ ਆਰ ਵੈਰੀ ਮੱਚ ਰੈਡੀ ਟੂ ਮਤਲਬ ਪਬਲਿਸ਼ ਯੂਅਰ ਬੁੱਕ। ਅਤੇ ਮੇਰੀ ਉਹ ਇੱਕ ਜਿਹੜੀ ਪੀੜ੍ਹੀ ਸੀ ਨਾ, ਮਤਲਬ ਇੱਕ ਉਹ ਮੇਰਾ ਇੱਕ ਪੌੜੀ ਹੈ, ਉਹ ਮੈਨੂੰ ਸੌਖੀ ਹੋ ਗਈ ਕਿ ਪਬਲਿਸ਼ਰ ਮਿਲ ਜਾਂਦਾ। ਬਿਕੋਜ਼ ਚਾਹੇ ਤੁਸੀਂ ਫਸਟ ਜਿਹੜੀ ਤੁਹਾਡੀ ਬੁੱਕ ਹੈ, ਚਾਹੇ ਜਿੱਡਾ ਮਰਜ਼ੀ ਕੋਈ ਰਾਈਟਰ ਹੁੰਦਾ, ਉਹਨੂੰ ਪਬਲਿਸ਼ਰ ਨਹੀਂ ਮਿਲਦਾ, ਬਹੁਤ ਘੱਟ। ਬਟ ਉਹ ਫਿਰ ਮੈਂ ਯੂਨੀਸਟਾਰ ਦਾ ਵੀ ਥੈਂਕਸ ਕਰਦੀ ਹਾਂ। ਫਿਰ ਉਸ ਤੋਂ ਬਾਅਦ ਉਹਨਾਂ ਦੀ ਵੀ ਡਿਸਟ੍ਰੀਬਿਊਸ਼ਨ ਰਹੂਗੀ, ਮੇਰੀ ਵੀ ਡਿਸਟ੍ਰੀਬਿਊਸ਼ਨ ਰਹੂਗੀ। ਐਮਾਜ਼ੋਨ 'ਤੇ ਬੁੱਕ ਅਵੇਲੇਬਲ ਹੈ, ਮੇਰੀ ਪਿੰਕੀ ਸੰਧੂ ਪਿੰਕੀ ਮੋਗੇ ਵਾਲੀ ਜਿਹੜਾ ਆਪਣਾ ਫੇਸਬੁੱਕ ਮਾਰਕੀਟ ਪਲੇਸ 'ਤੇ ਅਵੇਲੇਬਲ ਹੈਗੀ ਹੈ, ਯੂਨੀਸਟਾਰ ਦੀ ਵੈਬਸਾਈਟ 'ਤੇ ਅਵੇਲੇਬਲ। ਅਤੇ ਲੋਕਾਂ ਮਤਲਬ ਜਿਵੇਂ 9 ਮਾਰਚ ਨੂੰ ਰਿਲੀਜ਼ ਹੋਈ ਹੈ, ਜੇ ਹਫ਼ਤਾ ਹੋਇਆ, ਪਰ ਸਰੋਤਿਆਂ ਦਾ ਹੰਗਾਰਾ ਮਿਲਣ ਲੱਗ ਗਿਆ ਹੈ। ਕਿਉਂਕਿ ਜਦੋਂ ਨਾ ਸ਼ਾਇਰੀ ਤਾਂ ਹਰ ਕੋਈ ਕੋਈ ਨਾ ਕੋਈ ਉਕੇਰਨ ਲੱਗ ਜਾਂਦਾ, ਕੋਈ ਸੋਸ਼ਲ ਮੀਡੀਆ 'ਤੇ ਲਿਖਣ ਲੱਗ ਜਾਂਦਾ, ਕੋਈ ਪੰਨਿਆਂ ਦੇ ਉੱਤੇ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਤੁਸੀਂ ਤਾਂ ਬਹੁਤ ਐਕਟਿਵ ਹੋ, ਦੇਖਿਆ ਹੋਣਾ ਕਿ ਉਹ ਪਿੱਛੇ ਮਿਊਜ਼ਿਕ ਲਗਾ ਕੇ ਔਰ ਆਪਣੇ ਵੱਲੋਂ ਕੁਛ ਲਿਖਿਆ, ਕੁਝ ਇੱਧਰੋਂ ਉੱਧਰੋਂ ਚੁੱਕ ਕੇ ਨਾ ਬੜਾ ਪ੍ਰਭਾਵਸ਼ਾਲੀ ਆਪਣੇ ਆਪ ਨੂੰ ਪੇਸ਼ ਕਰਦੇ ਆ ਕਿ ਸਾਡੇ ਵਰਗਾ ਕੋਈ ਸ਼ਾਇਰ ਨਹੀਂ ਜਾਂ ਵਧੀਆ ਕਵੀ ਨਹੀਂ ਹੈ। ਤੁਹਾਨੂੰ ਜਦੋਂ ਇਹ ਸੋਸ਼ਲ ਮੀਡੀਆ ਅਕਾਊਂਟ ਦੇਖਦੇ ਹੋ, ਉਹਦੇ 'ਚ ਲੱਗਦਾ ਕਿ ਕੋਈ ਕ੍ਰੀਏਟਿਵ ਕੰਮ ਵੀ ਹੋ ਰਿਹਾ ਜਾਂ ਫਿਰ ਸਾਰੀ ਭੇਡ ਚਾਲ ਹੈ? ਦੇਖੋ, ਮੈਂ ਇਹ ਕਹਿੰਦੀ ਹਾਂ ਕਿ ਜਿਹੜਾ ਸੋਸ਼ਲ ਮੀਡੀਆ ਨਾ, ਅੱਜ ਕੱਲ੍ਹ ਆਪਣੀ ਗੱਲ ਰੱਖਣ ਦਾ ਇੱਕ ਮੁਕਾਮ ਮਿਲ ਗਿਆ ਤੁਹਾਨੂੰ, ਠੀਕ ਹੈ। ਕਿ ਜੇ ਤੁਹਾਡੇ 'ਚ ਕੋਈ ਟੈਲੈਂਟ ਹੈ, ਲੋਕ ਆਪੇ ਚੱਕ ਲੈਂਦੇ ਆ। ਬਿਕੋਜ਼ ਜਦ ਮੈਨੂੰ ਯਾਦ ਹੈ, ਜਦ ਮੇਰਾ ਪੇਜ ਸੀ ਉਹ ਇੱਕ ਵਾਰੀ 100 ਦੇ ਵਿੱਚ ਹੀ ਹਜੇ ਫੇਮਸ ਹੋਇਆ ਸੀ, ਰਾਈਟ। 2013 'ਚ ਮੇਰੀ ਜੱਟ ਇਨ ਮੂਡ ਆਈ, ਉਦੋਂ ਹਜੇ ਸ਼ੁਰੂ ਕੀਤਾ ਸੀ, ਉਦੋਂ ਫਿਲਮ ਦੇ ਨਵੇਂ ਨਵੇਂ ਪੇਜ ਸਟਾਰਟ ਹੋਏ ਨਾ। ਫਿਰ ਮੈਨੂੰ ਜ਼ਿਆਦਾ ਮੈਂ ਤਵੱਜੋ ਨਹੀਂ ਦਿੱਤਾ, ਬਟ ਜਦ ਮੇਰੇ ਫਾਦਰ ਸਾਹਿਬ ਐਕਸਪਾਇਰ ਹੁੰਦੇ, ਮੈਂ ਇੱਕ ਸ਼ਾਇਰੀ ਮਤਲਬ ਉਹਦੇ 'ਤੇ ਪਾਈ ਸੀਗੀ, ਪੰਜਾਬੀ ਦੇ ਵਿੱਚ ਸ਼ਾਇਰੀ ਸੀਗੀ ਕਿ ਕਾਗਜ਼ਾਂ ਦੇ ਫੁੱਲ ਕਦੇ ਨਹੀਂ ਉਹ ਮਹਿਕਦੇ, ਆਟੇ ਦੇ ਪੰਛੇ ਕਦੇ ਨਹੀਂ ਉਹ ਚਹਿਕਦੇ, ਇੱਜ਼ਤਾਂ ਦੇ ਦਾਗ ਧੋਏ ਜਾਂਦੇ ਨਾ, ਕਹਿੰਦਾ ਐਰੇ ਗੈਰੇ ਅੱਗੇ ਦੁੱਖ ਰੋਏ ਜਾਂਦੇ ਨਾ, ਅੱਗ ਅੱਗੇ ਨਿੱਘ ਨਹੀਂ ਰਜਾਈ ਵਰਗਾ, ਦੁਨੀਆਂ 'ਤੇ ਦੁੱਖ ਨਹੀਂ ਜੁਦਾਈ ਵਰਗਾ। ਉਹ ਇਸ ਤਰ੍ਹਾਂ ਦੀ ਸ਼ਾਇਰੀ ਸੀ, ਅਤੇ ਮੈਂ ਇੱਕ ਦਿਨ ਵੈਸੇ ਪਾਤੀ ਬੈਠੇ ਬੈਠੇ, ਮਤਲਬ ਇੱਦਾਂ ਹੀ ਮੈਂ ਨਾ ਜਿਵੇਂ ਆਪਾਂ ਫਰੰਟ ਪੋਜ਼ ਨਾਲ, ਅਤੇ ਉਹ ਲੈਕਸ ਦੇ ਵਿੱਚ ਉਹਦੀ ਸ਼ਾਇਰੀ ਦੇ ਵਿਊਜ਼ ਚਲੇ ਗਏ। ਅਤੇ ਜਿਹੜੇ ਬੰਦੇ ਮੈਨੂੰ ਮਤਲਬ ਇੱਕ ਤਰ੍ਹਾਂ ਦੇ ਨਹੀਂ, ਬੰਦਾ ਇੱਕ ਈਗੋ ਫੈਕਟਰ 'ਚ ਆ ਜਾਂਦਾ, ਭੁੱਲ ਜਾਂਦਾ ਕੁਛ ਹੈ, ਉਹ ਲੋਕਾਂ ਦੇ ਵੀ ਮੈਨੂੰ ਮੈਸੇਜਸ ਆਉਣ ਲੱਗ ਗਏ, ਕਹਿੰਦਾ ਜੀ ਮੈਂ ਫਲਾਨਾ ਐਕਸ ਫਲਾਨਾ ਕੋਈ ਪੋਸਟਡ ਸੀ ਜਾਂ ਕੁਛ ਵੀ ਸੀ। ਉਹਦੇ ਵਿੱਚ ਫਿਰ ਮੈਨੂੰ ਇਹ ਲੱਗਿਆ ਕਿ ਇਫ ਯੂ ਹੈਵ ਟੈਲੈਂਟ, ਉਹਦੇ ਵਿੱਚ ਮੈਨੂੰ ਕੋਈ ਇੱਦਾਂ ਨਹੀਂ ਸੀ। ਬਾਅਦ ਵਿੱਚ ਸਾਰੇ ਕੁਛ ਮੋਨੀਟਾਈਜੇਸ਼ਨ ਵਗੈਰਾ ਸਟਾਰਟ ਹੋਇਆ, ਚਾਹੇ ਫੇਸਬੁੱਕ ਦਾ ਹੁਣ ਆਇਆ, ਯੂਟਿਊਬ ਦਾ, ਪਰ ਉਹਦੇ ਵਿੱਚ ਜੇ ਤੁਹਾਡੇ ਕੋਲ ਅੱਛਾ ਟੈਲੈਂਟ ਹੈ, ਜੇ ਤੁਸੀਂ ਉਹਨੂੰ ਸਵਾਰ ਸਕਦੇ ਹੋ, ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾ ਸਕਦੇ ਹੋ, ਤਾਂ ਲੋਕ ਤੁਹਾਨੂੰ ਪਿਆਰ ਕਰਦੇ ਆ। ਪਰ ਮੈਂ ਇਹ ਕਹਿੰਦੀ ਹੁਣ ਜਿਵੇਂ ਅੱਜ ਕੱਲ੍ਹ ਦਾ ਯੂਥ ਹੈ, ਉਹ ਵਿੱਚ ਕਾਫੀ ਤਰ੍ਹਾਂ ਦੀਆਂ ਚੀਜ਼ਾਂ ਪਾਉਂਦਾ, ਉਹਨਾਂ ਦਾ ਕਸੂਰ ਨਹੀਂ, ਉਹ ਥੋੜ੍ਹੇ ਜਿਹੇ ਨਾ ਮਿਸਗਾਈਡਡ ਆ, ਉਹਨਾਂ ਨੂੰ ਪਤਾ ਨਹੀਂ। ਹੁਣ ਮੈਂ ਗੌਰਮੈਂਟ ਦਾ ਵੀ ਥੈਂਕਸ ਕਰ ਰਹੀ ਹਾਂ ਦਿਨ ਬਾਏ ਦਿਨ, ਜਿਵੇਂ ਫੇਸਬੁੱਕ ਯੂਟਿਊਬ ਦਾ, ਉਹਦੇ ਵਿੱਚ ਉਹਨਾਂ ਨੇ ਕੁਛ ਗਾਈਡਲਾਈਨਸ ਕੀਤੀਆਂ। ਪਹਿਲਾਂ ਕੁਛ ਵੀ ਨਹੀਂ ਹੁੰਦਾ ਸੀਗਾ, ਬਿਕੋਜ਼ ਵੈਸਟਰਨ ਕਲਚਰ ਦੇ ਵਿੱਚ ਉਹ ਹੌਲੀ ਹੌਲੀ, ਜਿਵੇਂ ਬਿਕੋਜ਼ ਮੈਂ ਆਈ ਐਮ ਐਮ ਬੀ ਐਲ ਐਲ ਬੀ, ਅਤੇ ਮੇਰੇ ਕੁਛ ਜਿਵੇਂ ਮੰਨ ਲਓ ਕਿ ਇੱਕ ਵਾਰੀ ਕੁਛ ਇਸ਼ੂਜ਼ ਜੀ ਇੱਦਾਂ ਦੇ ਵੀ ਹੋਏ ਸੀਗੇ ਕਿ ਕਿਸੇ ਨੇ ਮੇਰਾ ਫੇਸਬੁੱਕ ਪੇਜ ਹੈਕ ਵੀ ਕੀਤਾ, ਮੇਰਾ ਫੇਸਬੁੱਕ ਪੇਜ ਉਹਨਾਂ ਨੇ ਮਤਲਬ ਡੁਪਲੀਕੇਟ ਵੀ ਬਣਾ ਲਿਆ। ਬਿਕੋਜ਼ ਦੇਖੋ, ਜਿਹੜਾ ਅਸਲੀ ਹੁੰਦਾ ਉਸ ਬੰਦੇ ਨੂੰ ਹਰਟ ਹੁੰਦੀਆਂ ਉਹ ਚੀਜ਼ਾਂ, ਰਾਈਟ। ਉਹ ਮਿਸਲੀਡ ਵੀ ਲੋਕਾਂ ਨੇ ਕੀਤਾ, ਬਟ ਉਹਨੂੰ ਫਿਰ ਮੈਂ ਕਾਨੂੰਨ ਦੇ ਦਾਇਰੇ ਵਿੱਚ ਅੰਡਰ ਆਈ ਟੀ ਐਕਟ ਦੇ ਵਿੱਚ ਉਹਨੂੰ ਸੰਭਾਲਿਆ ਵੀ। ਉਦੋਂ ਹੁਣ ਲੋਕਾਂ ਨੂੰ ਇਹ ਚੀਜ਼ਾਂ ਜਾਗਰੂਕ ਹੋ ਰਹੀਆਂ, ਪਹਿਲਾਂ ਅੱਜ ਤੋਂ 5-6 ਸਾਲ ਪਹਿਲਾਂ ਨਹੀਂ ਪਤਾ ਸੀ, ਬਟ ਉਹ ਚੀਜ਼ਾਂ ਹੈਲਪਫੁਲ ਹੈ। ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਤੁਹਾਡੇ ਲਈ ਬਹੁਤ ਗੁੱਡ ਪਲੈਟਫਾਰਮ ਹੈਗਾ, ਕਿ ਜੇ ਆਪਾਂ ਮੀਡੀਆ ਦੀ ਗੱਲ ਕਰੀਏ, ਤਾਂ ਸੋਸ਼ਲ ਮੀਡੀਆ 'ਚ ਤੁਸੀਂ, ਤੁਹਾਡੇ ਹੱਥ 'ਚ ਆ ਸਾਰੀ ਕਮਾਂਡ। ਜੇ ਤੁਸੀਂ ਅੱਛਾ ਪੋਸਟ ਕਰਦੇ, ਲੋਕ ਤੁਹਾਨੂੰ ਲਾਈਕ ਕਰਦੇ। ਜੇ ਤੁਸੀਂ ਉੱਦਾਂ ਦਾ ਪੋਸਟ ਨਹੀਂ ਕਰਦੇ, ਜੇ ਤੁਹਾਨੂੰ ਲੱਗਦਾ ਕ੍ਰੀਏਟਿਵ ਨਹੀਂ ਕਰਦੇ, ਤਾਂ ਮੈਨੂੰ ਲੱਗਦਾ ਕਿ ਲੋਕ ਕੁਛ ਕੁ ਦਿਨਾਂ ਬਾਅਦ ਤੁਹਾਨੂੰ ਭੁੱਲ ਜਾਂਦੇ ਨੇ। ਤੁਸੀਂ ਜਦੋਂ ਲਿਖਣ ਲੱਗਦੇ ਹੋ, ਉਦੋਂ ਸੋਚ ਕੇ ਲਿਖਦੇ ਹੋ ਕਿ ਇੱਕ ਮੇਰੀ ਇਹ ਆਡੀਅੰਸ ਹੈ ਜਾਂ ਯੂਥ, ਮੈਂ ਇਸ ਗਰੁੱਪ ਨੂੰ ਟਾਰਗੇਟ ਕਰਨਾ ਜਾਂ ਕੋਈ ਹੋਰ, ਜਾਂ ਫਿਰ ਜੋ ਆਉਂਦਾ ਮਨ ਦੇ ਵਿੱਚ ਜਾਂ ਖਿਆਲ ਆਉਂਦੇ ਉਹੀ ਲਿਖ ਦਿੰਦੇ ਹੋ? ਦੇਖੋ ਜੀ, ਮੈਂ ਜੇ ਤੁਸੀਂ ਮੇਰੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਵਿੱਚ ਜਾ ਕੇ ਤੁਸੀਂ ਐਨਾਲਿਟਿਕਸ ਦੇਖੋ, ਤਾਂ ਮੈਨੂੰ ਲੱਗਦਾ ਮੈਨੂੰ 20 ਤੋਂ ਲੈ ਕੇ 35 ਸਾਲ ਦੀ ਸਭ ਤੋਂ ਜ਼ਿਆਦਾ ਯੰਗ ਯੂਥ ਮੇਰੇ ਫੋਲੋਅਰਸ ਹੈ, ਅਤੇ 65+ ਵਾਲੇ ਵੀ ਫੋਲੋਅਰਸ ਹੈਗੇ, ਅਸੀਂ ਦੇਖਦੇ ਰਹਿੰਦੇ ਹਾਂ। ਕਿਉਂ ਲੱਗਦੀ ਹੈ ਕਿ ਇਹੀ ਏਜ ਗਰੁੱਪ ਨਹੀਂ, ਉਹਦੇ ਵਿੱਚ ਐਨਾਲਿਟਿਕਸ ਆ ਜਾਂਦੇ ਆ ਕਿ ਜਿਵੇਂ 18 ਸਾਲ ਤੋਂ ਘੱਟ ਵੀ ਸਾਡੇ ਮੇਰੇ ਫੋਲੋਅਰਸ ਆ, ਬਟ ਉਹ ਜਿਹੜਾ 25 ਤੋਂ 35 ਸਾਲ ਦਾ ਜਿਹੜਾ ਏਜ ਗਰੁੱਪ ਹੈ, ਜੋ ਮੇਰਾ ਹੀ ਏਜ ਗਰੁੱਪ ਤੁਸੀਂ ਲਾ ਲਓ, ਉਹ ਸਭ ਤੋਂ ਜ਼ਿਆਦਾ ਆਡੀਅੰਸ ਹੈਗੀ ਹੈ। ਅਤੇ ਇਟ
ਇਟ ਮੀਨਸ ਫਿਰ ਮੈਨੂੰ ਇਹ ਲੱਗਦਾ ਕਿਉਂਕਿ ਮੈਂ ਆਪਣੇ ਸਰੋਤਿਆਂ ਨੂੰ ਸਿਰਫ ਇਸ ਕਰਕੇ ਟਾਰਗੇਟ ਕਰਦੀ ਹਾਂ ਜ਼ਿੰਦਗੀ ਬਾਰੇ। ਜਦ ਮੈਂ ਆਪਦੇ ਫਾਦਰ ਸਾਹਿਬ ਨੂੰ ਖੋਇਆ ਉਦੋਂ ਮੈਨੂੰ ਲੱਗਿਆ ਕਿ ਮੈਂ ਚਲੋ ਠੀਕ ਹੈ ਇਹ ਬੜਾ ਕੌੜਾ ਸੱਚ ਹੈ ਕਿ ਤੁਸੀਂ ਦੁਨੀਆ ਛੱਡ ਕੇ ਜਾਣਾ, ਪਰ ਇੱਕ ਵਾਰ ਜੇ ਤੁਸੀਂ ਆਪਣੇ ਸ਼ਬਦਾਂ ਨਾਲ ਲੋਕਾਂ ਨੂੰ ਮੋਹਿਤ ਕਰ ਸਕਦੇ ਹੋ, ਠੀਕ ਹੈ, ਤੁਸੀਂ ਇੱਕ ਇੰਸਪੀਰੇਸ਼ਨ ਬਣ ਜਾਂਦੇ ਹੋ ਜਦੋਂ ਚਲੋ ਮੇਰੀਆਂ ਫਿਲਮਾਂ ਵੀ ਆਈਆਂ, ਗਾਣੇ ਵੀ ਆਏ, ਮੈਂ ਡੀਡੀ ਨੈਸ਼ਨਲ ਦਾ ਥੈਂਕਸ ਕਰਦੇ ਜਿੱਥੋਂ ਮੈਨੂੰ ਪਲੈਟਫਾਰਮ ਮਿਲਿਆ ਐਜ਼ ਏ ਐਕਟਿੰਗ ਦੇ ਤੌਰ 'ਤੇ, ਉਹਦੇ ਵਿੱਚ ਫਿਰ ਮੇਰੀ ਇਹ ਗੁਜ਼ਾਰਿਸ਼ ਲੋਕਾਂ ਤੱਕ ਰਹੀ ਹੈ ਕਿ ਜ਼ਿੰਦਗੀ ਜਿਉਣ ਦਾ ਨਾਮ ਹੈ ਦੋਸਤੋ, ਗੁਜ਼ਾਰਨ ਦਾ ਨਾਮ ਨਹੀਂ, ਤੋ ਗੁਜ਼ਰੇ ਹੋਏ ਪਲਾਂ ਦੇ ਵਿੱਚ ਕਦੀ ਵੀ ਆਪਣਾ ਸਮਾਂ ਨਾ ਵਿਅਰਥ ਕਰੋ। ਤੋ ਜ਼ਿੰਦਗੀ ਵਾਲਾ ਜਿਹੜਾ ਪਾਰਟ ਹੈ ਉਹਦੇ 'ਚ ਕੋਈ ਸ਼ਾਇਰੀ ਜ਼ਰੂਰ ਸਾਂਝੀ ਕਰੋ ਪਲੀਜ਼ ਪਲੀਜ਼ ਪਲੀਜ਼। ਇਹਦੇ ਵਿੱਚ ਆਪਾਂ ਹਜੇ ਪਿਆਰ ਅਤੇ ਹਕੀਕਤ ਦੀ ਗੱਲ ਦੇ ਵੀ ਜਾਂਦੇ ਹਾਂ, ਜ਼ਿੰਦਗੀ ਦੀ ਲਾਸਟ ਗੱਲ ਹੈਗੀ ਹੈ ਉਹਦੇ ਵਿੱਚ ਆਪਾਂ, ਮੈਂ ਤੁਹਾਨੂੰ ਜ਼ਿੰਦਗੀ ਦੀ ਗੱਲ ਕਰਦੀ ਹਾਂ ਕਿ ਜਿਹੜੀ ਸਟਾਰਟਿੰਗ ਦੇ ਵਿੱਚ ਇੱਕ ਸ਼ਾਇਰੀ ਹੈਗੀ ਹੈ, ਜ਼ਿੰਦਗੀ ਕਾ ਸ਼ੁਕਰੀਆ, ਕਹਿੰਦਾ ਜ਼ਿੰਦਗੀ ਤੇਰਾ ਸ਼ੁਕਰੀਆ ਤੂਨੇ ਜੋਤੀਆ, ਐ ਜ਼ਿੰਦਗੀ ਤੇਰਾ ਸ਼ੁਕਰੀਆ ਤੂਨੇ ਜੋਤੀਆ, ਹਮਨੇ ਵਹੀ ਹਮਨੇ ਹਮੇ ਵਹੀ ਮਿਲਾ ਜੋ ਸਮੇਂ ਕੇ ਸਾਥ ਹਮਨੇ ਕੀਆ, ਬਹੁਤ ਸੀ ਗਲਤੀਓ ਕੋ ਤੂਨੇ ਆਪਣੀ ਕਲਾ ਸੇ ਸੀਆ, ਕਹਿਤਾ ਕਿਉਂ ਸ਼ਿਕਵੇ ਔਰ ਸ਼ਿਕਾਇਤੇ ਲੇਕਰ ਪਿੰਕੀ ਨੇ ਤੁਝੇ ਜੀਆ, ਹਰ ਸਾਲ ਤੂਨੇ ਜ਼ਿੰਦਗੀ ਮੇਰੇ ਜਨਮ ਦਿਨ ਪਰ ਨਿਆ ਸਾਲ ਦੀਆ, ਹਮਨੇ ਹੱਸਕਰ ਜੀ ਕਰ ਕਿਉਂ ਤੁਝੇ ਜ਼ਿੰਦਗੀ ਸਜਦਾ ਨਹੀਂ ਕੀਆ, ਆਜ ਸੇ ਲੇਕਰ ਪਿੰਕੀ ਨੇ ਜ਼ਿੰਦਗੀ ਕੋ ਹਮੇਸ਼ਾ ਸਲਾਮ ਕੀਆ, ਸਭ ਦੋਸਤੋਂ ਆਪਣੋ ਕੇ ਸਾਥ ਦੁੱਖ ਛੁਪਾ ਕਰ ਵੀ ਤੁਝੇ ਪਿੰਕੀ ਨੇ ਜੀਆ, ਹੱਸਕਰ ਜੀਆ ਜ਼ਿੰਦਗੀ ਕਹਿਨੇ ਵਾਲੇ ਤੁਝੇ ਜ਼ਿੰਦਾ ਦਿਲੀ ਕਾ ਨਾਮ ਕਹਤੇ ਹੈ, ਜ਼ਿੰਦਗੀ ਕਹਿਨੇ ਵਾਲੇ ਤੁਝੇ ਜ਼ਿੰਦਾ ਦਿਲੀ ਕਾ ਦਰਜਾ ਦੇਤੇ ਹੈ, ਪਰ ਉਹਨੇ ਕਿਆ ਪਤਾ ਜੀਨੇ ਕੇ ਲੀਏ ਤੁਮਸੇ ਇੱਕ ਇੱਕ ਦਿਨ ਕਾ ਪਿੰਕੀ ਕਰਜ਼ਾ ਲੇਤੇ, ਇੱਕ ਇੱਕ ਦਿਨ ਕਾ ਪਿੰਕੀ ਕਰਜ਼ਾ ਲੇਤੇ ਹੈ। ਸੋ ਦਿਸ ਇਜ਼ ਹਾਓ ਕਿ ਇਹ ਰਿਐਲਿਟੀ ਨਾ ਬੰਦਾ ਭੁੱਲ ਜਾਂਦਾ, ਕਿਉਂਕਿ ਆਪਣੀ ਮਸ਼ਰੂਫੀਅਤ ਦੇ ਵਿੱਚ ਆਪਣੇ, ਮੈਨੂੰ ਇਹ ਲੱਗਦਾ ਹੁੰਦਾ ਕਿ ਬਹੁਤ ਲੋਕ ਆਪਣੇ ਆਪ 'ਚ ਬਿਜ਼ੀ ਹੁੰਦੇ ਆ, ਠੀਕ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿਸ ਚੀਜ਼ 'ਚ ਬਿਜ਼ੀ ਹੈ। ਤੁਸੀਂ ਕਿਸੇ ਨੂੰ ਵੀ ਪੁੱਛ ਲਓ, ਚਲੋ ਠੀਕ ਹੈ ਕਿ ਇੱਕ ਡਿਸਪਲਿਨ ਬੰਦਾ ਜਿਹਨੇ 8 ਤੋਂ, ਕਿਉਂਕਿ ਮੇਰੇ ਮਦਰ ਰਿਟਾਇਰਡ ਲੈਕਚਰਰ ਸੀ, ਮੇਰੇ ਫਾਦਰ ਸਾਹਿਬ ਵਕੀਲ ਸੀਗੇ, ਉਹ ਸਾਨੂੰ ਇੱਕ ਸ਼ਡਿਊਲ ਸੀ 9 to 5 ਮੇਰੇ ਫਾਦਰ ਨੇ ਕੋਰਟ 'ਚ ਰਹਿਣਾ, 8 to 2 ਮੇਰੇ ਮਦਰ ਨੇ ਸਕੂਲ ਦੇ ਵਿੱਚ ਰਹਿਣਾ, ਹੈ ਨਾ, ਇੱਕ ਸ਼ਡਿਊਲ ਸੀ। ਉਸ ਤੋਂ ਬਾਅਦ ਅਸੀਂ ਸਾਰੇ ਲੋਕ ਮਿਲਦੇ ਹੁੰਦੇ ਸੀਗੇ, ਮੈਮ 25 ਐਂਡ ਮਾਈ ਡੈਡ ਲੋਸਟ ਵੇ, ਕਿਉਂਕਿ ਮੈਂ 25 ਸਾਲਾਂ ਦੇ ਵਿੱਚ ਆਪਦੇ ਫਾਦਰ ਨੂੰ ਉਹ ਸ਼ਾਮ ਦੇ 5:30 ਤੋਂ ਬਾਅਦ ਹੀ ਮੈਂ ਮਿਲੀ ਹਾਂ, ਜਾਂ 7:30 ਜਦ ਤੱਕ ਮੈਂ ਆਪਣੇ ਕਾਲਜ ਵਗੈਰਾ ਚਲੇ ਜਾਣਾ ਅਤੇ ਉਹਨਾਂ ਨੇ 9 ਜਾਣਾ। ਇੱਕ ਉਹ ਡਿਸਿਪਲਿਨ ਬਣਿਆ ਹੋਇਆ ਸੀ ਅਤੇ ਇਸ ਕਰਕੇ ਪਤਾ ਨਹੀਂ ਲੱਗਦਾ ਸੀ, ਜਿਹੜਾ ਅੱਜ ਕੱਲ੍ਹ ਦਾ, ਕਿਉਂਕਿ ਚਲੋ ਵਰਕ ਫਰੋਮ ਹੋਮ ਹੈ ਜਾਂ ਬਹੁਤ ਸਾਰੇ ਇਨਫਲੂਐਂਸਰ ਹੈ ਜਾਂ ਫਰੀਲਾਂਸਰ ਲੋਕ ਕੰਮ ਕਰਦੇ ਆ, ਉਹਦੇ ਵਿੱਚ ਨਾ ਆਪਣੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਦਿਨ ਚਰ ਉਹਨੂੰ ਖਰਾਬ ਕਰ ਲੈਂਦੇ ਆ, ਨਾ ਤਾਂ ਸੌਣ ਦਾ ਟਾਈਮ ਹੈ, ਨਾ ਖਾਣ ਪੀਣ ਦਾ ਟਾਈਮ ਹੈ, ਨਾ ਬਹੁਤ ਸਾਰੀਆਂ ਚੀਜ਼ਾਂ ਦਾ ਟਾਈਮ ਹੈ। ਫਿਰ ਮੈਨੂੰ ਇਹ ਲੱਗਦਾ ਕਿ ਜਿਹੜਾ ਬੰਦਾ ਮਤਲਬ ਫਰੀ ਹੁੰਦਾ ਉਹ ਜ਼ਿਆਦਾ ਬਿਜ਼ੀ ਸ਼ੋਅ ਕਰਦਾ, ਕਿਉਂਕਿ ਕਿਉਂ ਸ਼ੋਅ ਕਰਦਾ, ਜੇ ਕਿਸੇ ਨੂੰ ਕਹੋ ਆਪਾਂ ਫਲਾਨਾ ਕੰਮ ਹੈ ਕਿ ਆਪਾਂ ਇੱਥੇ ਜਾ ਕੇ, ਨਾ ਨਾ ਮੈਂ ਆਤਾ ਹੂੰ ਮਿਲਤਾ ਮੁਲਤਾ ਕਰਦਾ ਕਰਤਾ, ਉਹ ਮਤਲਬ ਇਹ ਗੱਲਾਂ ਕਿ ਉਹ ਵਿਹਲਾ ਹੀ ਹੁੰਦਾ, ਉਹ ਚਾਹੇ ਘਰੇ ਆਰਾਮ ਨਾਲ ਸੁੱਤਾ ਪਿਆ ਹੋਵੇ ਜਾਂ ਕਿਤੇ ਗਿਆ ਹੋਵੇ, ਉਹ ਜਿਹੜੇ ਮੈਨੂੰ ਲੱਗਦਾ ਕਿ ਵਿਹਲੇ ਬੰਦੇ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਮਸ਼ਰੂਫ ਹੈ, ਕਿਉਂਕਿ ਜਿਹੜੇ ਬੰਦੇ ਕੋਲ ਟਾਈਮ ਹੈ ਉਹਨੇ ਮੈਨੇਜ ਕਰ ਲੈਣਾ। ਤੁਸੀਂ ਕਿਸੇ ਇੱਕ ਆਈ ਐੱਸ ਔਫਿਸਰ ਨੂੰ, ਮੈਂ ਦੇਖੋ ਸੋ ਮੈਨੀ ਮੇਰੇ ਰਿਲੇਸ਼ਨ 'ਚ ਵੀ ਨੋਰਮਲ ਹੈਲੋ ਹਾਈ 'ਚ ਬਹੁਤ ਅੱਛੇ ਆਈ ਐੱਸ ਔਫਿਸਰ ਵਗੈਰਾ ਡੀਸੀਸ ਵਗੈਰਾ ਨੂੰ ਮੈਂ ਮਿਲਣਾ ਜਾ ਕੇ, ਉੱਥੇ ਮੈਂ ਉਹਨਾਂ ਨੂੰ ਦੇਖਣਾ, ਮੈਂ ਕਿਹਾ ਸਰ ਤੁਸੀਂ ਕਿੱਦਾਂ ਮੈਨੇਜ ਕਰ ਲੈ, ਉਹ ਕਹਿੰਦੇ ਜੀ ਅਸੀਂ ਡੇਲੀ 300 to 400 ਬੰਦੇ ਨੂੰ ਮਿਲਣਾ ਹੁੰਦਾ ਅਤੇ 300-400 ਬੰਦੇ ਦੀਆਂ ਤਕਲੀਫਾਂ ਸੁਣਨੀਆਂ, ਤੁਸੀਂ ਦੇਖੋ ਉਹਨਾਂ ਦਾ ਇੱਕ ਮੈਂਟਲ ਸਟੇਬਲ ਕਿੱਦਾਂ ਬਣਿਆ ਹੁੰਦਾ, ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੂੰ ਵੀ ਦੇਖਣਾ, ਉਹਨਾਂ ਨੇ ਆਪਣੇ ਪਰਸਨਲ ਫਰੈਂਡਸ ਨੂੰ ਵੀ ਮਿਲਣਾ, ਬੱਚਿਆਂ ਨੂੰ ਵੀ ਮਿਲਣਾ, ਉਹਨਾਂ ਨੇ ਮੈਨੇਜ ਕੀਤਾ ਹੁੰਦਾ, ਉਹਨਾਂ ਦੀ ਜ਼ਿੰਦਗੀ 5-6 ਘੰਟੇ ਸੌਣਾ ਵੀ ਉਹਨਾਂ ਦੀ ਜ਼ਿੰਦਗੀ 'ਚ ਹੁੰਦਾ, ਸਭ ਕੁਝ ਹੈ, ਫਿਰ ਤੁਸੀਂ ਆਪਣੀ ਜ਼ਿੰਦਗੀ 'ਤੇ ਇਹ ਚੀਜ਼ਾਂ ਕਿਉਂ ਨਹੀਂ ਲਾਗੂ ਕਰ ਸਕਦੇ। ਅਤੇ ਉਹ ਮੇਰੀ ਇੱਕ ਹੀ ਗੁਜ਼ਾਰਿਸ਼ ਹੈ ਦੋਸਤਾਂ ਦੇ ਨਾਮ ਕਿ ਲਾਈਫ ਇਜ਼ ਫੋਰ ਲਿਵਿੰਗ ਨੋਟ ਫੋਰ ਗਿਵਿੰਗ, ਜ਼ਿੰਦਗੀ ਇੱਕ ਵਾਰ ਮਿਲੀ ਹੈ, ਵਾਰ ਵਾਰ ਨਹੀਂ ਮਿਲਣੀ, ਆਪਣੀ ਹੈ ਬੇਗਾਨੀ ਨਹੀਂ, ਅਤੇ ਆਪਾਂ ਵਸੀਅਤ ਦੇ ਚੱਕਰ 'ਚ ਪੈ ਜਾਂਦੇ ਹਾਂ, ਆਪਾਂ ਕਹਿੰਦੇ ਨੇ ਕਿ ਜਿਹੜਾ ਇਨਸਾਨ ਦਿੰਦਾ ਰਹਿੰਦਾ ਸਾਰੀ ਜ਼ਿੰਦਗੀ 'ਚ ਉਹ ਬਹੁਤ ਖੁਸ਼ਹਾਲ ਹੈ। ਮੈਨੂੰ ਲੱਗਦਾ ਤੁਸੀਂ ਆਪਣੇ ਲਈ ਜਾਣ ਲਓ ਤਾਂ ਬਹੁਤ ਹੈ, ਦੇਣ ਵਾਲਾ ਤਾਂ ਦੇਖੋ ਆਪਾਂ ਉਨੇ ਉੱਚੇ ਨਹੀਂ ਹੋਏ, ਉਸ ਰੱਬ ਜਿੱਡੇ ਨਹੀਂ ਆਪਾਂ ਹੋਏ, ਕਿਉਂਕਿ ਉਹ ਜਿਹੜਾ ਪਰਮਾਤਮਾ ਜਾਂ ਅਕਾਲ ਪੁਰਖ ਹੈ ਜਾਂ ਇੱਕ ਕੁਦਰਤ ਹੈ, ਉਹ ਦੇ ਸਕਦੀ ਹੈ, ਇੱਕ ਇਨਸਾਨ ਇੰਨਾ ਵੱਡਾ ਨਹੀਂ ਪ੍ਰਾਣੀ ਕਿ ਜਿਹੜਾ ਕਿਸੇ ਨੂੰ ਕੁਛ ਦੇ ਸਕੇ। ਇਹਦੇ ਨਾਲ ਜੁੜਿਆ ਹੀ ਨਾ ਮੇਰਾ ਇੱਕ ਆਖਰੀ ਸਵਾਲ ਹੀ ਹੈ, ਜਿਹੜੇ ਹਕੀਕਤ ਅਤੇ ਪਿਆਰ ਦੀ ਤੁਸੀਂ ਗੱਲ ਕਹੀ ਹੈ ਕਿ ਉਹ ਵੀ ਪਾਰਟ ਨੇ, ਕਈ ਵਾਰੀ ਬੰਦਾ ਨਾ
ਕੈਮਰੇ ਦੇ ਸਾਹਮਣੇ ਜਾਂ ਸਟੇਜ ਦੇ ਉੱਤੇ ਹੋਰ ਤਰ੍ਹਾਂ ਪੇਸ਼ ਆਉਂਦਾ, ਲਿਖਣ ਵੇਲੇ ਕੁਝ ਹੋਰ ਹੁੰਦਾ, ਜਦੋਂ ਆਪਦੀ ਜ਼ਿੰਦਗੀ 'ਚ ਵਿਚਰਦਾ ਉਦੋਂ ਕੁਝ ਹੋਰ ਹੁੰਦਾ, ਅਤੇ ਤੁਸੀਂ ਹਕੀਕਤ ਨੂੰ ਕਿਵੇਂ ਸਮਝਦੇ ਹੋ? ਹਕੀਕਤ ਜਿਹੜੀ ਮੈਂ ਇੱਥੇ ਗੱਲ ਕੀਤੀ ਉਹ ਮੈਂ ਜਿਹੜੀ ਇਸ ਸ਼ਾਇਰੀ ਦੇ ਵਿੱਚ ਮੈਂ ਮੋਸਟਲੀ ਪੋਜ਼ੀਟਿਵਿਟੀ ਦੀ ਗੱਲ ਕੀਤੀ ਹੈ ਕਿ ਜਿਹੜਾ ਕੋਈ ਲੇਖਕ ਪੜ੍ਹੇ, ਚਾਹੇ ਉਹ 'ਚ ਪੱਖ ਮੈਂ ਸਾਰੇ ਰੱਖੇ ਆ, ਪਰ ਉਹਦਾ ਰਿਜ਼ਲਟ ਮੈਂ ਜਿਹੜਾ ਲਾਸਟ ਪੋਜ਼ੀਟਿਵ ਕੱਢਿਆ, ਕਿਉਂਕਿ ਕਹਿੰਦੇ ਕਿ ਇਹ ਸੱਚਾਈ ਹੈ, ਬਹੁਤ ਗੂੜੀ ਸੱਚਾਈ ਹੈ ਕਿ ਜੇ ਅੱਜ ਹਨੇਰਾ ਤਾਂ ਸੂਰਜ ਨੂੰ ਕੋਈ ਉੱਗਣ ਲੱਗੇ ਰੋਕ ਨਹੀਂ ਸਕਦਾ, ਠੀਕ ਹੈ? ਜਿੰਨਾ ਮਰਜ਼ੀ ਨੇ ਕਾਲੀਆਂ ਰਾਤਾਂ ਪੈ ਜਾਣ, ਜਿੰਨਾ ਮਰਜ਼ੀ ਝੱਖੜ ਜਾ, ਉਹ ਹੈ ਕਿ ਤੁਸੀਂ ਜਗਦੇ ਸੂਰਜ ਵਾਂਗੂ ਹੋਣੇ ਚਾਹੀਦੇ, ਕਿ ਤੁਹਾਡਾ ਹਮੇਸ਼ਾ ਪਰਸੈਪਸ਼ਨ ਇਹ ਹੋਣੀ ਚਾਹੀਦੀ ਹੈ। ਮੇਰੀ ਪਰਸੈਪਸ਼ਨ 'ਚ ਮੰਨ ਲਓ ਕਿ ਮੈਨੂੰ ਕੋਈ ਨੈਗੇਟਿਵ ਬੋਲਦਾ ਤਾਂ ਮੈਨੂੰ ਠੀਕ ਹੈ, ਮੈਨੂੰ ਸ਼ਾਇਦ ਉਹਦੇ 'ਚ ਕੋਈ ਪੋਜ਼ੀਟਿਵ ਪੁਆਇੰਟ ਵੀ ਮਿਲ ਜਾਂਦਾ, ਮਤਲਬ ਮੇਰੀ ਪਰਸੈਪਸ਼ਨ। ਜਿਹੜੀ ਹਕੀਕਤ ਦੀ ਇੱਥੇ ਗੱਲ ਹੈ, ਇੱਥੇ ਮੈਂ ਰਿਸ਼ਤਿਆਂ ਦੀ ਗੱਲ ਕੀਤੀ ਆ। ਇੱਕ ਸ਼ਾਇਰੀ ਇਹ ਹੈ, ਕਹਿੰਦਾ ਸਭ ਕੁਛ ਮਤਲਬ ਕਹਿ ਅੱਜ ਕੱਲ੍ਹ ਕੇ ਰਿਸ਼ਤੇ ਵੀ, ਵੋ ਵਕਤ ਬਦਲ ਗਿਆ ਜਬ ਲੋਕ ਹੋਤੇ ਤੇ ਫਰਿਸ਼ਤੇ ਵੀ, ਕਹਿੰਦਾ ਵੋ ਮੰਜ਼ਰ ਬਹੁਤ ਅਜੀਬ ਹੈ ਜਬ ਬੇਗਾਨੇ ਆਪਣੇ ਕਰੀਬ ਹੈ, ਆਜ ਕੱਲ ਤੋ ਖੂਨ ਕੋ ਪਾਣੀ ਹੋਤੇ ਦੇਖਾ, ਪਿੰਕੀ ਨੇ ਆਪਣੋ ਕੋ ਗੈਰੋਂ ਕੀ ਬਾਹੋਂ ਮੇ ਰੋਤੇ ਦੇਖਾ, ਤੁਮ ਕਿਸ ਸਫ਼ਰ ਮੈਂ ਵਫਾ ਕੀ ਬਾਤ ਕਰਤੇ ਹੋ, ਐ ਸਨਮ ਤੁਮ ਕਿਸ ਸਫ਼ਰ ਮੈਂ ਵਫਾ ਕੀ ਬਾਤ ਕਰਦੇ, ਹਮਨੇ ਤੋ ਹਮ ਸਫ਼ਰ ਕੋ ਵੀ ਬੇਵਫਾ ਹੋਤੇ ਦੇਖਾ, ਹਮਨੇ ਤੋ ਹਮ ਸਫ਼ਰ ਕੋ ਵੀ ਬੇਵਫਾ। ਮਤਲਬ ਇਹ ਹੈ ਕਿ ਜਿਹੜੀ ਲਾਈਫ ਇੱਕ ਜਰਨੀ ਹੈ, ਤੁਸੀਂ ਉਹ ਜਰਨੀ ਦੇ ਵਿੱਚੋਂ ਕਿਹੜੀਆਂ ਜਰਨੀ ਦੀ ਗੱਲ ਕਰਦੇ ਹੋ? ਤੁਸੀਂ ਘਬਰਾਓ ਨਾ, ਅਸੀਂ ਤਾਂ ਮਤਲਬ ਜਿਹਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਰਿਸ਼ਤਾ ਹੁੰਦਾ, ਇੱਕ ਦਿਨ ਉਹ ਵੀ ਤੁਹਾਨੂੰ ਛੱਡ ਸਕਦਾ, ਉਹ ਵੀ ਡਿਸਲੋਇਲ ਹੋ ਸਕਦਾ। ਤੁਸੀਂ ਲੋਇਲਟੀ ਆਪਣੇ ਆਪ ਨਾਲ ਰੱਖੋ, ਆਪਣੇ ਕੰਮ ਨਾਲ ਰੱਖੋ, ਜਾਂ ਜਿਹੜਾ ਮੈਨੂੰ ਲੱਗਦਾ ਕਿ ਜਿਹੜਾ ਇਕੱਲਾਪਨ ਹੁੰਦਾ, ਜੋ ਮੈਂ ਆਪਣੀ ਇਸ ਬੁੱਕ ਦਾ ਵਿਸ਼ਾ ਕਹੂੰਗੀ ਕਿ ਮੈਂ ਮਦਰ ਨੂੰ ਕ੍ਰੈਡਿਟ ਦਿੰਦੀ ਹਾਂ, ਉਹ ਕਹਿੰਦੇ ਬੇਟਾ ਕਿ ਤੂੰ ਬਹੁਤ ਅੱਛਾ ਬੋਲਦੀ ਹੈ, ਦੋ ਚਾਰ ਲਾਈਨਾਂ ਲਿਖ ਲੈਂਦੀ ਹਾਂ, ਬਟ ਇਹਨੂੰ ਇੱਕ ਕਲਮ ਬੰਦ ਕਰ ਸ਼ੁਰੂ ਸ਼ੁਰੂ। ਇਹਨੂੰ 2 ਸਾਲ ਲੱਗੇ ਥੋੜ੍ਹਾ ਥੋੜ੍ਹਾ ਲਿਖਦੇ ਲਿਖਦੇ ਲਿਖਦੇ, ਫਿਰ ਉਹ ਉਸ ਚੀਜ਼ਾਂ 'ਤੇ ਪ੍ਰਵਾਨ ਹੋਈਆਂ, ਬਟ ਹਜੇ ਮੈਨੂੰ ਇਹ ਨਹੀਂ ਲੱਗ ਰਿਹਾ, ਕਿਉਂਕਿ ਸੋਰੀ ਰੀਡਰਸ ਦੇ ਪੜ੍ਹਨ ਤੋਂ ਬਾਅਦ ਪਤਾ ਲੱਗੂ ਕਿੱਦਾਂ ਦਾ, ਮੈਂ ਆਪਣੇ ਵੱਲੋਂ 100% ਦਿੱਤਾ, ਬਟ ਇਹ 56 ਹੈ, ਆਉਣ ਵਾਲੇ ਟਾਈਮ 'ਚ ਜਿਹੜੀਆਂ ਮੈਂ ਬੁੱਕਸ ਦਊਂਗੀ ਉਹ ਸ਼ਾਇਦ ਬੜੀਆਂ ਕ੍ਰਿਟ੿ਸਾਈਜ਼ ਵੀ ਹੋਣਗੀਆਂ, ਲੋਕ ਮਤਲਬ ਉਹਨੂੰ ਕ੍ਰਿਟਿਸਾਈਜ਼ ਵੀ ਕਰਨਗੇ ਕਿੱਦਾਂ ਦੀ, ਬਟ ਮੈਨੂੰ ਇਹ ਲੱਗਦਾ ਕਿ ਕਲਮ ਹੈ ਨਾ, ਉਹ ਕਿਸੇ ਦੀ ਗੁਲਾਮ ਨਹੀਂ ਹੁੰਦੀ, ਜੇ ਕਲਮ ਦੀ ਵੀ ਗੱਲ ਕੀਤੀ ਗਈ ਹੈ ਕਿ ਜਦੋਂ ਕਲਮ ਲਿਖਣ 'ਤੇ ਆਉਂਦੀ ਹੈ, ਕਹਿੰਦਾ ਝੂਠ ਤੋਂ ਹੀ ਸੱਚ ਬੁਲਵਾਉਣਾ ਸ਼ੁਰੂ ਕਰ ਦਿੰਦੀ ਹੈ ਜਦੋਂ ਕਲਮ ਹੈ, ਅਤੇ ਕਲਮ ਕਦੀ ਵੀ ਗੁਲਾਮ ਨਹੀਂ ਹੁੰਦੀ, ਬੇਪਰਵਾਹ ਹੁੰਦੀ ਹੈ, ਅਤੇ ਬੇਪਰਵਾਹ ਹੀ ਚੱਲਣਾ ਚਾਹੀਦਾ ਜ਼ਿੰਦਗੀ ਦੇ ਵਿੱਚ। ਅਤੇ ਇੱਦਾਂ ਮੈਂ ਇੱਥੇ ਹਕੀਕਤ ਦੀ ਗੱਲ ਕੀਤੀ ਹੈ, ਜੇ ਪਿਆਰ ਦੀ ਗੱਲ ਕਰੋ ਤਾਂ ਮੈਂ ਉਹਨੂੰ ਇਸ਼ਕ ਨਾਲ ਕੋਰਲੇਟ ਕੀਤਾ ਹੈਗਾ, ਅਤੇ ਇਸ਼ਕ ਦੇ 7 ਮੁਕਾਮ ਨਾਲ ਕੋਰਲੇਟ ਕੀਤਾ ਹੈਗਾ। ਦੇਖੋ ਡਿਫਰੈਂਸ ਪਿਆਰ ਮੁਹੱਬਤ ਇਸ਼ਕ 'ਚ ਇਹ ਹੈ ਕਿ ਪਿਆਰ ਹੈ ਇੱਕ ਇਨਫੈਕਚੁਏਸ਼ਨ ਹੈ, ਰਾਈਟ? ਉਹ ਦਿਲਕਸ਼ੀ ਹੈ, ਕਿਸੇ ਨਾਲ ਅਟਰੈਕਸ਼ਨ ਹੋਣੀ, ਜੋ ਅੱਜ ਕੱਲ੍ਹ ਦੇ ਯੂਥ ਨੂੰ ਹੁੰਦਾ, ਅਤੇ ਉਹ ਇੱਕ ਅਟਰੈਕਸ਼ਨ ਇੱਕ ਨਾਲ ਨਹੀਂ ਰਹਿੰਦੀ, ਉਹ ਅੱਜ ਤੁਹਾਡੇ ਨਾਲ ਆ, ਕੱਲ੍ਹ ਨੂੰ ਕਿਸੇ ਹੋਰ ਨਾਲ, ਪਰਸ ਉਹਨਾਂ ਦਾ ਕਸੂਰ ਨਹੀਂ, ਬਿਕੋਜ਼ ਉਹਨਾਂ ਨੂੰ ਲੀਡ ਹੀ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਪਿਆਰ ਦਾ ਅਕਸਰ ਮਤਲਬ ਕੀ ਹੈ। ਜਿਹੜੀ ਮੁਹੱਬਤ ਹੈ ਉਹ ਕਹਿੰਦੇ ਮੁਹੱਬਤ ਜਿਹੜੀ ਹੁੰਦੀ ਹੈ ਉਹ ਕਰਨੀ ਪੈਂਦੀ ਇੱਕ ਤਰ੍ਹਾਂ ਦੀ, ਕਿ ਮੁਹੱਬਤ ਜਦ ਤੁਸੀਂ ਕਰਦੇ ਹੋ ਅਗਲਾ ਇਨਸਾਨ ਵੀ ਤੁਹਾਡੇ ਨਾਲ ਮੁਹੱਬਤ ਕਰਦਾ। ਮੁਹੱਬਤ ਦੇ ਵਿੱਚ 2 ਪਹਿਲੂ ਇਹ ਹੈ ਕਿ ਤੁਸੀਂ ਉਹਦੀ ਕਦਰ ਕਰ ਰਹੇ ਹੋ ਤਾਂ ਤੁਸੀਂ ਕਦਰ ਲੈ ਵੀ ਰਹੇ ਹੋ, ਤੁਸੀਂ ਉਹਦੀ ਕੇਅਰ ਕਰ ਰਹੇ ਹੋ ਤਾਂ ਤੁਸੀਂ ਕੇਅਰ ਪਾ ਵੀ ਰਹੇ ਹੋ, ਸੈਲਫ ਰਿਸਪੈਕਟ ਦੀ ਵੀ ਇੰਪੋਰਟੈਂਸ ਹੈ, ਉਹ ਬਰਾਬਰ ਇੱਕ ਤੱਕੜੀ ਤੁਲਦੀ ਹੈ, ਦੈਟ ਇਜ਼ ਕਾਲਡ ਮੁਹੱਬਤ। ਬਟ ਜਦੋਂ ਇਸ਼ਕ ਦੀ ਗੱਲ ਚੱਲਦੀ, ਇਸ਼ਕ ਦੇ ਵਿੱਚ ਕਹਿੰਦਾ ਜਦ ਕੋਈ ਆਸ਼ਿਕ ਬਣਦਾ, ਇਹਦਾ ਮਤਲਬ ਆਸ਼ਿਕ ਇਕੱਲਾ ਮੁੰਡਾ ਨਹੀਂ ਹੋ ਸਕਦਾ, ਕੁੜੀ ਵੀ ਝੱਲੀ ਮਤਲਬ ਹੋ ਸਕਦੀ ਹੈ, ਰਾਈਟ? ਉਹਦੇ ਵਿੱਚ ਨਾ ਕਹਿੰਦਾ ਫਿਰ ਉਹਨੂੰ ਆਪਣੀ ਪਰਵਾਹ ਨਹੀਂ ਹੁੰਦੀ, ਫਿਰ ਉਸ ਇਨਸਾਨ ਦੀ ਪਰਵਾਹ ਹੁੰਦੀ ਹੈ, ਉਹਦੀ ਕਦਰ ਹੁੰਦੀ ਹੈ, ਚਾਹੇ ਉਹ ਤੋਂ ਮਤਲਬ ਜਿਵੇਂ ਬੁੱਲੇ ਸ਼ਾਹ ਵਾਂਗੂ ਤੁਸੀਂ ਕਹਿ ਦਿਓ ਕਿ ਘੁੰਗਰੂ ਪਾ ਕੇ ਨੱਚੇ ਸੀ ਜਾਂ ਕੁਛ ਵੀ ਐਕਸ ਵਾਈ ਜ਼ੈਡ, ਤੁਸੀਂ ਕਿਸੇ ਨੂੰ ਇੱਕੋ, ਕਹਿੰਦਾ ਉਹ ਅਸਲੀ ਇਸ਼ਕ ਹੁੰਦਾ, ਕਹਿੰਦਾ ਫਿਰ ਉਹ ਇਸ਼ਕ ਮਤਲਬ ਮੈਨੂੰ ਇਹ ਲੱਗਦਾ ਜਦੋਂ ਇਸ਼ਕ ਕਿਸੇ ਨੂੰ ਵੀ ਹੁੰਦਾ, ਜੇ ਵੱਡੇ ਵੱਡੇ ਤੁਸੀਂ ਆਸ਼ਕਾਂ ਦੀ ਗੱਲ ਕਰੋ, ਹੀਰ ਰਾਂਝਾ ਸੋਹਣੀ ਮਹੀਵਾਲ ਸੱਸੀ ਪੁੰਨੂ, ਉਹ ਕਹਿੰਦਾ ਉਹਨਾਂ ਦਾ ਮੁਕਾਮ, ਕਿਉਂਕਿ ਇਸ਼ਕ ਦੇ 7 ਮੁਕਾਮ ਹੈ, 7ਵਾਂ ਮੁਕਾਮ ਮੌਤ ਹੈ, ਜਦ ਮੌਤ ਦੇ ਮੁਕੰਮਲ ਦੇ ਵਿੱਚ ਤੁਸੀਂ ਆਉਂਦੇ ਹੋ ਫਿਰ ਤੁਸੀਂ 7 ਮੁਕਾਮਾਂ ਨੂੰ ਪੂਰਾ ਕਰਕੇ ਇਸ਼ਕ ਪ੍ਰਵਾਨ ਛੱਡਦਾ। ਅਤੇ ਇਹਦੇ ਵਿੱਚ ਇੱਕ ਸ਼ਾਇਰੀ ਬਹੁਤ ਅੱਛੀ ਹੈ, ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਅੱਗੇ ਰੂਬਰੂ ਕਰ ਸਕਦੀ ਹਾਂ ਕਿ ਇਸ਼ਕ ਦੇ ਵਿੱਚ
ਕਹਿੰਦਾ ਦੌਰ ਇਸ਼ਕ ਹੈ ਜਿਵੇਂ ਗੈਰਤ ਏ ਜਜ਼ਬਾ, ਇਸ਼ਕ ਤਸਵੁਰ ਦੀ ਗੱਲ ਕਰਦੇ ਹਾਂ, ਕਹਿੰਦਾ ਇਸ਼ਕ ਤਸਵੁਰ ਸੋਚ ਹੈ, ਕਹਿੰਦਾ ਇਸ਼ਕ ਦੀ ਕੀ ਹੈ, ਕਹਿੰਦਾ ਉਸਨੇ ਹਮਾਰੀ ਜ਼ਿੰਦਗੀ ਕਾ ਇਸਤਕਬਾਲ ਕਿਆ ਕੀਆ, ਹਮਾਰੀ ਰੂਹ ਸੇ ਹਮਾਰੀ ਜਾਨ ਕੋ ਦੂਰ ਕਰ ਦਿਆ, ਕਹਿੰਦਾ ਤੁਮਾਰੀ ਨਵਾਜ਼ਿਸ਼ ਏ ਮੁਕਤਸਰ ਨੇ ਕੁਛ ਐਸਾ ਕੀਆ ਕਿ ਤੇਰੀ ਬੇਰੁਖੀ ਨੇ ਕੁਛ ਐਸਾ ਕੀਆ ਕਿ ਹਮਨੇ ਖੁਦ ਕੋ ਤਰਾਸ਼ ਕਰ ਕੋਹੀ ਨੂਰ ਕਰ ਦਿਆ, ਹਮਾਰਾ ਬਸ ਏਕ ਹੀ ਕਸੂਰ ਥਾ, ਤੁਮਾਰੇ ਲੀਏ ਹਮਾਰਾ ਫਿਤੂਰ ਥਾ, ਪਿੰਕੀ ਕੀ ਤਸਵੁਰ ਮੇਂ ਤੁਮਾਰੀ ਤਸਵੀਰ ਥੀ, ਨਾ ਜਾਨੇ ਖੁਦਾ ਨੇ ਬਣਾਈ ਹਮਾਰੀ ਕਿਆ ਤਕਦੀਰ ਥੀ, ਕਹਿੰਦੇ ਮਨ ਨੇ ਬਹੁਤ ਸੇ ਤਦਬੀਰ ਖੁਦ ਕੋ ਮਨਾਨੇ ਕੇ ਲੀਏ ਕੀ ਹੈ, ਪਰ ਕਮਬਖਤ ਇਸ਼ਕ ਕੇ ਆਗੇ ਪਿੰਕੀ ਨੇ ਹੱਥ ਖੜੇ ਕਰ ਦੀਏ, ਇੱਕ ਮੁਕੰਮਲ ਜਹਾਂ ਕਾ ਸਪਨਾ ਤੁਮਾਰੇ ਸਾਥ ਦੇਖਣਾ ਹੈ, ਫਿਰ ਦੁਨੀਆ ਕੋ ਅਲਵਿਦਾ ਕਹਿ, ਫਿਰ ਦੋਸਤ ਕੀ ਬਾਹੋਂ ਮੇਂ ਜਾ ਬਸਣਾ ਹੈ, ਰਹਿਤੀ ਦੁਨੀਆ ਤੱਕ ਹਮਾਰੀ ਮੁਹੱਬਤ ਕੇ ਕਿੱਸੇ ਜਵਾਂ ਹੋਂਗੇ, ਪੂਰੀ ਕਾਇਨਾਤ ਕਾ ਜ਼ਰਾ ਜ਼ਰਾ ਹਮਾਰੇ ਪੇ ਹਮੇਸ਼ਾ ਮਿਹਰਬਾਂ ਹੋਂਗੇ। ਕਿ ਹੁਣ ਤੁਸੀਂ ਇਹ ਪੜ੍ਹਨ ਵਾਲੇ ਦੀ ਸੋਚ ਹੈ ਕਿ ਉਸ ਕਿਸ ਸੋਚ 'ਚ ਬੈਠਾ, ਹੁਣ ਇਹਦੇ ਵਿੱਚ ਗੱਲ ਚੱਲੀ ਹੈ ਤਸੱਵਰ ਦੀ ਸੋਚ ਦੀ, ਕਿ ਜਿਵੇਂ ਮੈਨੂੰ ਉਹਦੇ ਨਾਲ ਪਿਆਰ ਹੈ ਠੀਕ ਹੈ, ਪਰ ਉਹ ਰੱਬ ਦੀ ਤਕਦੀਰ ਹੈ ਕਿ ਉਹਨੇ ਉਹ ਮਨਜ਼ੂਰ ਹੀ ਨਾ ਕੀਤਾ, ਪਰ ਮੈਂ ਆਪਣੇ ਵੱਲੋਂ ਬਹੁਤ ਦਾ ਪੇਚ ਲੜਾਈ ਕਿ ਉਹ ਮੇਰਾ ਹੋ ਜੇ ਠੀਕ ਹੈ, ਪਰ ਉਹ ਮੇਰਾ ਜਦ ਹੁੰਦਾ ਅਤੇ ਮਤਲਬ ਇੰਨੀ ਸ਼ਿੱਦਤ ਨਾਲ ਉਹਨੂੰ ਚਾਹਿਆ ਕਿ ਜਿਹੜੀ ਕਾਇਨਾਤ ਦਾ ਜ਼ਰਾ ਜ਼ਰਾ ਮੈਨੂੰ ਉਹਨਾਂ ਮਿਲਾ ਰਿਹਾ, ਫਿਰ ਤੁਸੀਂ ਇਹ ਦੇਖੋਗੇ ਇੱਥੇ ਇਹ ਗੱਲ ਵੀ ਲਾਸਟ 'ਤੇ ਹੋਈ ਹੈ ਕਿ ਫਿਰ ਦੁਨੀਆ ਕੋ ਅਲਵਿਦਾ ਕਹਿ, ਫਿਰ ਦੋਸਤ ਕੀ ਬਾਹੋਂ ਮੇਂ ਜਾ ਬਸਣਾ, ਕਿ ਜਦੋਂ ਉਹ ਆਸ਼ਕਾਂ ਦੀ ਗੱਲ ਚੱਲੀ ਹੈ ਕਿ ਜਦ ਦੋਨੇ ਮਤਲਬ ਪਾਕ ਪਵਿੱਤਰ ਇੱਕ ਇਸ਼ਕ ਦਾ ਰਿਸ਼ਤਾ ਜਦੋਂ ਮੁਕੰਮਲ ਹੁੰਦਾ, ਫਿਰ ਤੁਹਾਨੂੰ ਅਲਵਿਦਾ ਕਹਿ, ਫਿਰ ਦੋਸਤ ਕਿ ਉਸ ਜਹਾਨ ਦੇ ਵਿੱਚ ਸਵਰਗ ਦੀਆਂ ਬਾਹਾਂ 'ਚ ਜਾ ਵਸਣਾ, ਤਾਂ ਉਹ ਮੁਕੰਮਲ ਜਹਾਨ ਮਿਲਦਾ ਉਹਨੂੰ ਮੌਕਾ, ਉਹ ਹੁਣ ਕਿਸੇ ਨੇ ਨਹੀਂ ਦੇਖਿਆ। ਦੇਖੋ ਅਸੀਂ ਜੇ ਰਾਈਟਰਸ ਦੀ ਗੱਲ ਕਰਦੇ ਹਾਂ ਹੈ ਨਾ, ਅਤੇ ਉਹ ਇਹ ਗੱਲਾਂ ਲਿਖਦੇ ਆ, ਹੁਣ ਦਿਲ ਦੀਆਂ ਗੱਲਾਂ ਕਿ ਦਿਲ ਟੁੱਟ ਗਿਆ, ਹੁਣ ਦਿਲ ਦਾ ਮੇਨ ਮਕਸਦ ਤਾਂ ਸਿਰਫ ਹਾਰਟ ਨੂੰ ਪੰਪ ਕਰਨਾ ਹੈ ਨਾ, ਬਲੱਡ ਪੰਪ ਕਰਨਾ ਜੇ ਆਪਾਂ ਉਹਦੇ ਅਕੋਰਡਿੰਗ ਮੈਡੀਕਲ ਲਾਈਨ 'ਚ ਦੇਖੀਏ, ਬਟ ਉਹ ਸ਼ਾਇਰਾਂ ਨੇ ਲਿਖਿਆ ਅਤੇ ਉਹ ਕਦੀ ਦਿਮਾਗ ਦੀ ਗੱਲ ਨਹੀਂ ਚੱਲੀ, ਮਤਲਬ ਦਿਮਾਗ ਦੀ ਗੱਲ ਨਹੀਂ ਚੱਲੀ। ਬਟ ਜਿਵੇਂ ਹੁਣ ਆਈ ਐਮ ਪਰਸਿਊਇੰਗ ਮਾਈ ਡਾਕਟਰੇਟ ਆਫ ਨੈਚੁਰੋਪੈਥੀ, ਮੇਰਾ ਲਾਸਟ ਈਅਰ ਹੈ, ਮੈਂ ਉਹ ਵੀ ਨਾਲ ਨਾਲ ਕਰ ਰਹੀ ਹੈ ਕਿ ਲੋਕਾਂ ਨੂੰ ਹੈਲਥ ਕੌਨਸ਼ੀਅਸ ਦੇ ਨਾਲ ਨਾਲ ਮੈਂਟਲ ਕੌਨਸ਼ੀਅਸਨੈਸ ਦਾ ਵੀ ਹੋਣਾ ਬਹੁਤ ਜ਼ਰੂਰੀ ਹੈ। ਇੱਕ ਮੇਰੀ ਟਰੱਸਟ ਹੈ ਸੋਚ ਬਦਲੋ ਟਰੱਸਟ ਹੈ ਨਾ, ਉਹਦੇ ਵਿੱਚ ਮੇਰਾ ਅਕਸਰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਵਟ ਯੂ ਥਿੰਕ ਵਟ ਯੂ, ਜੋ ਤੁਸੀਂ ਸੋਚਦੋ ਹੀ ਤੁਸੀਂ ਹੁੰਦੇ ਹੋ, ਅਤੇ ਦੁਨੀਆ 'ਚ ਜਿੱਡੇ ਜਿੱਡੇ ਰੈਵੋਲਿਊਸ਼ਨ ਆਏ ਆ ਅਤੇ ਉਹਦੇ ਪਿੱਛੇ ਸਿਰਫ ਇੱਕ ਹੀ ਚੀਜ਼ ਹੈ ਕਿ ਕਿਸੇ ਵੀ ਇਨਸਾਨ ਦੀ ਸੋਚ ਬਦਲ ਦਿਉ, ਉਹਦੇ ਲਈ ਕੋਈ ਪੈਸਾ ਧੇਲਾ ਕੋਈ ਉਸ ਚੀਜ਼ਾਂ ਦੀ ਲੋੜ ਨਹੀਂ ਪੈਂਦੀ। ਸੋਚ ਕਿਹਦੇ ਨਾਲ ਬਦਲੀ ਜਾਂਦੀ ਹੈ ਕਿ ਐਜੂਕੇਸ਼ਨ ਨਾਲ, ਹੈ ਨਾ, ਤੁਸੀਂ ਕਿਸੇ ਨੂੰ ਕੁਛ ਸਿਖਾਓਗੇ, ਲਰਨਿੰਗ ਠੀਕ ਹੈ, ਨੌਲੇਜ ਆਊਗੀ, ਨੌਲੇਜ ਆਉਣੀ ਐਜੂਕੇਸ਼ਨ, ਅਤੇ ਐਜੂਕੇਸ਼ਨ ਕਿਤੋਂ ਵੀ ਆ ਸਕਦੀ ਹੈ, ਕਿਤਾਬਾਂ ਤੋਂ ਕਿਸੇ ਵੀ ਚੀਜ਼ ਤੋਂ ਆ ਸਕਦੀ ਹੈ, ਬਟ ਉਹ 'ਚ ਪਰਪੱਖ ਹੋਣਾ ਪੈਂਦਾ। ਉਹਦੇ ਵਿੱਚ ਮੈਂ ਇਹ ਕਹਿੰਦੀ ਹਾਂ ਕਿ ਜਿੰਨੀਆਂ ਫੈਡਰਲ ਗੌਰਮੈਂਟਸ ਆ ਜਾਂ ਆਪਣੀ ਸੈਂਟਰ ਗੌਰਮੈਂਟ ਆ, ਸਟੇਟ ਗੌਰਮੈਂਟਸ ਆ, ਕਾਇੰਡਲੀ ਕਿ ਤੁਸੀਂ ਸਭ ਦਾ ਸਪੋਰਟ ਕਰੋ, ਕਿਉਂਕਿ ਹਰੇਕ ਬੰਦੇ 'ਚ ਇੱਕ ਨਾ ਇੱਕ ਕੋਈ ਐਸਾ ਛੁਪਾ ਰੁਸਤਮ ਕੋਈ ਛੁਪਿਆ ਹੋਇਆ, ਉਹ ਕਲਾਕਾਰੀ ਹੋ ਸਕਦੀ ਹੈ, ਇੰਜੀਨੀਅਰਿੰਗ ਲਾਈਨ ਹੋ ਸਕਦੀ, ਕੁਛ ਵੀ ਹੋ ਸਕਦੀ ਹੈ, ਜਿਹੜੀ ਕਿ ਦੁਨੀਆ ਦੇ ਵਿੱਚ ਇੱਕ ਰੈਵੋਲਿਊਸ਼ਨਰੀ ਚੇਂਜ ਲਿਆ ਸਕਦੀ ਹੈ। ਸੋ ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਮੈਂ ਕੋਸ਼ਿਸ਼ ਕੀਤੀ ਇਸ ਕਿਤਾਬ ਰਾਹੀਂ ਗੱਲ ਰੱਖਣ ਦੀ। ਆਪਣੇ ਆਤਮ ਵਿਸ਼ਵਾਸ ਨਾਲ ਬੜੇ ਖੁੱਲ੍ਹ ਕੇ ਗੱਲਾਂ ਕੀਤੀਆਂ, ਅਤੇ ਮੈਂ ਅਖੀਰ 'ਚ ਇਹੀ ਪੁੱਛਣਾ ਕਿ ਪਿੰਕੀ ਕੀ ਸ਼ਾਇਰੀ ਕਿਤਾਬ ਜੇ ਕੋਈ ਲੈਣਾ ਚਾਹੁੰਦਾ, ਖਰੀਦਣਾ ਚਾਹੁੰਦਾ, ਪੜ੍ਹਨਾ ਚਾਹੁੰਦਾ, ਕਿੱਥੇ ਕਿੱਥੇ ਮਿਲ ਸਕਦੀ? ਪਿੰਕੀ ਕੀ ਸ਼ਾਇਰੀ ਜਿਹੜੀ ਇਹ ਬੁੱਕ ਹੈ, ਤੁਸੀਂ ਆਹ ਟਾਈਟਲ ਦੇਖ ਲਓ, ਇਹ ਐਮਾਜ਼ੋਨ 'ਤੇ ਅਵੇਲੇਬਲ ਹੈਗੀ ਹੈ ਜੀ, ਯੂਨੀਸਟਾਰ ਦੀ ਵੈਬਸਾਈਟ 'ਤੇ ਅਵੇਲੇਬਲ ਹੈਗੀ ਹੈ, ਪਿੰਕੀ ਸੰਧੂ ਐਸ ਪਿੰਕੀ ਮੋਗਿਆਲੀ ਜਿਹੜਾ ਮੇਰਾ ਓਫੀਸ਼ੀਅਲ ਪੇਜ ਹੈ ਉਹਦੇ 'ਤੇ ਅਵੇਲੇਬਲ ਹੈਗੀ ਆ, ਮੇਰੀ ਮਾਰਕੀਟ ਪਲੇਸ ਫੇਸਬੁੱਕ ਮਾਰਕੀਟ ਪਲੇਸ 'ਤੇ ਅਵੇਲੇਬਲ ਹੈਗੀ ਆ, ਨਹੀਂ ਤਾਂ ਤੁਸੀਂ ਸਾਡੀ ਸੋਸ਼ਲ ਮੀਡੀਆ 'ਤੇ ਮਤਲਬ ਸਾਨੂੰ ਮੈਸੇਜਸ ਕਰ ਸਕਦੇ ਹੋ, ਤਾਂ ਅਸੀਂ ਉਹਦੇ 'ਤੇ ਵੀ ਡਾਇਰੈਕਟਲੀ ਤੁਹਾਨੂੰ ਪੋਸਟ ਕਰ ਸਕਦੇ ਹਾਂ। ਅਤੇ ਅੱਗੇ ਮੀਡੀਆ ਦਾ ਬਹੁਤ ਮੈਂ ਥੈਂਕਸ ਕਰਦੀ ਹਾਂ ਕਿ ਇਹਨਾਂ ਦੇ ਜ਼ਰੀਏ ਅੱਗੇ ਦੀ ਅੱਗੇ ਬੁੱਕ ਮੈਕਸੀਮਮ ਗੱਲਬਾਤ ਹੋਊਗੀ। ਹਾਂਜੀ ਹਾਂਜੀ, ਅਤੇ ਜਾਂਦੇ ਜਾਂਦੇ ਸਮਾਂ ਨਾਲ ਲੈਂਦੀ ਹੋਈ ਇੱਕ ਮੇਰੀ ਫੇਵਰੇਟ ਟੈਗ ਲਾਈਨ ਹੈ, ਜੋ ਤਿੰਨ ਸ਼ਬਦ ਮੈਂ ਅਕਸਰ ਆਪਣੇ ਸੋਸ਼ਲ ਮੀਡੀਆ 'ਤੇ ਹੈਂਡਲਸ 'ਤੇ ਵੀ ਬੋਲਦੀ ਹਾਂ, ਜੋ ਅਕਸਰ ਜ਼ਿੰਦਗੀ ਬਦਲ ਸਕਦਾ, ਦੈਟ ਇਜ਼ ਐਚ ਕੇਅਰ, ਹਮੇਸ਼ਾ ਖੁਸ਼ ਰਹੋ, ਕਾਮਯਾਬ ਰਹੋ, ਬਾਦ ਰਹੋ ਦੋਸਤੋ। ਕਹਿੰਦਾ ਜਦ ਖੁਸ਼ੀ ਮਿਲਦੀ ਹੈ ਕਾਮਯਾਬੀ ਵੀ ਆਉਂਦੀ ਹੈ ਸੰਦੀਪ ਜੀ, ਅਤੇ ਬੰਦਾ ਬਾਅਦ ਰਹਿੰਦਾ ਹੀ ਰਹਿੰਦਾ। ਅਤੇ ਜਾਂਦੇ ਜਾਂਦੇ ਜ਼ਿਆਦਾ ਸਮਾਂ ਨਾਲ ਲੈਂਦੀ, ਕਹਿੰਦਾ ਉਹ ਗਏ ਸੱਜਣ, ਉਹ ਗਏ ਲੰਘ ਗਏ ਦਰਿਆ, ਸਰਜ ਨਾਲ ਗੱਲਾਂ ਕੀਤੀਆਂ ਸਾਡਾ ਮਨੋਂ ਨਾਲ ਲਥੜਾ ਚਾਹ। ਅਤੇ ਇੱਕ ਬੰਦੇ ਨੂੰ ਬਹੁਤ ਸਾਰਾ ਚੀਜ਼ਾਂ ਹੁੰਦੀਆਂ ਕਿ ਤੁਸੀਂ ਬੋਲਦੇ ਰਹੋ, ਕਰਦੇ ਰਹੋ, ਅਤੇ ਸੋਸ਼ਲ ਹੈਂਡਲ ਜਿਹੜੇ ਮੈਂ ਉਹ 'ਤੇ ਮੈਕਸੀਮਮ ਮੈਂ ਗੱਲਬਾਤ ਕਰਦੀ ਹਾਂ, ਖੁੱਲ੍ਹ ਕੇ ਸਭ ਟੋਪਿਕਸ 'ਤੇ ਗੱਲ ਕਰਦੀ ਹਾਂ, ਕਿਉਂਕਿ ਇੱਕ ਤੁਹਾਡੀ ਮੈਨੂੰ ਲੱਗਦਾ ਕਿ ਦੋ ਸ਼ਬਦਾਂ ਨਾਲ ਜੇ ਕਿਸੇ ਦੀ ਜ਼ਿੰਦਗੀ ਬਦਲੀ ਜਾ ਸਕਦੀ ਹੈ ਤਾਂ ਜ਼ਰੂਰ ਕਰਨੀ ਚਾਹੀਦੀ। ਬਹੁਤ ਸਾਰੇ ਜੇ ਤੁਸੀਂ ਮੇਰੇ ਕਮੈਂਟਸ ਪੜ੍ਹੋ
ਅਤੇ ਬਹੁਤ ਲੋਕਾਂ ਦੀ ਜ਼ਿੰਦਗੀ ਬਦਲੀ ਵੀ ਹੈ ਕਿਉਂਕਿ ਪੋਜ਼ਿਟਿਵ ਰਹਿਣਾ ਇਸ ਬਹੁਤ ਇੰਪੋਰਟੈਂਟ ਪਰਸੈਪਸ਼ਨ ਹੈ ਕਿ ਸਕਾਰਾਤਮਕ ਸੋਚ ਨਾਲ ਚੱਲੋ ਸਕਾਰਾਤਮਕ ਕਹਿੰਦਾ ਨੋ ਮੈਡੀਸਨ ਕੈਨ ਕਿਓਰ ਅ ਨੈਗੇਟਿਵ ਥਿੰਕਰ ਐਂਡ ਨੋ ਪੋਇਜ਼ਨ ਕੈਨ ਕਿਲ ਅ ਪੋਜ਼ਿਟਿਵ ਥਿੰਕਰ ਉਹੀ ਹੈ ਕਿ ਕੋਈ ਜ਼ਹਿਰ ਇੱਕ ਸਕਾਰਾਤਮਕ ਸੋਚ ਨੂੰ ਮਾਰ ਨਹੀਂ ਸਕਦਾ ਰਾਈਟ ਅਤੇ ਕੋਈ ਵੀ ਦਵਾਈ ਇੱਕ ਨਕਾਰਾਤਮਕ ਸੋਚ ਨੂੰ ਵਧਾ ਨਹੀਂ ਸਕਦੀ ਸੋ ਦਿਸ ਇਜ਼ ਹਾਊ ਇਟ ਇਜ਼ ਗੋਇੰਗ ਟੂ ਬੀ ਇਹ ਚੀਜ਼ਾਂ ਥੈਂਕ ਯੂ ਜੀ ਥੈਂਕ ਯੂ ਸਾਡੇ ਨਾਲ ਪਿੰਕੀ ਮੋਗੇ ਵਾਲੀ ਜਿਨ੍ਹਾਂ ਨੇ ਪਿੰਕੀ ਕੀ ਸ਼ਾਇਰੀ ਕਿਤਾਬ ਦੇ ਜ਼ਰੀਏ ਇੱਕ ਵਾਰੀ ਰੂਬਰੂ ਕਰਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਔਰ ਕਿਤਾਬ ਪੜ੍ਹਨ ਤੋਂ ਬਾਅਦ ਤੁਹਾਡੇ ਮਨ ਦੇ ਖਿਆਲ ਕੀ ਆਉਂਦੇ ਨੇ ਤੁਸੀਂ ਉਹਦੇ ਬਾਰੇ ਵੀ ਆਪਣੇ ਜ਼ਰੂਰ ਸਾਂਝੇ ਕਰਨੇ ਆ ਖਿਆਲਾਤ ਆਪਣੇ ਵਿਚਾਰ ਔਰ ਕਮੈਂਟ ਬਾਕਸ ਦੇ ਜ਼ਰੀਏ ਤੁਹਾਨੂੰ ਇਹ ਕਿਵੇਂ ਲੱਗੀ ਮੁਲਾਕਾਤ ਉਸ ਦੇ ਬਾਰੇ ਵੀ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ 'ਚ ਇੰਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ ABC ਪੰਜਾਬ ਚੰਡੀਗੜ੍ਹ